ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਇਹਦੇ ਨਾਲ ਤੁਹਾਨੂੰ ਮੈਂ ਆਪਣੀ ਹੋਂਦ ਦੱਸ ਦਿੱਤੀਗੀ ਕਿ ਮੈਂ ਕੌਣ ਹੈਗਾ। ਜਿੱਦਾਂ ਪਿੰਡ ਚ ਕੋਈ ਅਣਜਾਣ ਆਦਮੀ ਹੈ ਤੁਹਾਨੂੰ ਪੁੱਛੀਦਾ ਤੂੰ ਕੌਣ ਹੋਣਾ, ਉਹ ਫਿਰ ਇਸ ਤਰ੍ਹਾਂ ਦੱਸਦਾ ਜਿੱਦਾਂ ਮੈਂ ਦੱਸਿਆ ਹੈਗਾ, ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ, ਉੱਥੇ ਦਾ ਰਹਿਣ ਵਾਲਾ ਹੈਗਾ ਜਿਹੜਾ ਆਦਮਪੁਰ ਦੇ ਕੋਲ ਲਈ। ਤੇ ਇਹਦੇ ਨਾਲ ਮੇਰੀ ਜਾਤੀ ਤੇ ਮਾਸੀ ਦੱਸੀ ਜਾਂਦੀ ਹੈਗੀ। ਜਿਹੜਾ ਆਪਣੀ ਹੋਂਦ ਦੱਸੇ ਉਹਨੂੰ ਹਿੰਦੂ ਕਹੀਦਾ ਹੈਗਾ, ਬੋਧੀ ਜਨੋਬ ਨਾਲ ਹੀ ਹਿੰਦੂ ਬਣਦਾ। ਜਿਹੜਾ ਕਿਤਾਬਾਂ ਚ ਲਿਖਿਆ ਹੋਇਆ ਹੈਗਾ ਇਹ ਸ਼ੈਤਾਨ ਲੋਕਾਂ ਨਾਲ ਲਿਖਿਆ ਹੈਗਾ ਗੁੰਮਰਾਹ ਕਰਨ ਲਈ, ਮਿੱਠਾ ਮਿੱਠਾ ਕੂੜ ਕੂੜ ਮਾਖਿਓ ਮਿੱਠਾ ਕੂੜ ਡੋਬੇ ਕੂੜ। ਇਹ ਫਿਰ ਕੂੜ ਡੋਬਦਾ ਜਿੱਦਾਂ 1943 ਚ ਡੁੱਬੇ ਸੀ ਤੇ 1984 ਚ। ਜਿਹੜਾ ਜ਼ਿਆਦਾ ਕਰਦਾ ਨਾ ਆਪਣੇ ਹੇਰਾ ਫੇਰੀ ਉਹ ਜ਼ਿਆਦਾ ਸਫ਼ਰ ਕਰਦਾ ਹੈਗਾ। ਚਿੱਤ ਵਿੱਚ ਰਹੀ ਉੱਠ ਗੌਰ ਨਾਨਕ ਫਾਂਸੀ ਗੱਲ ਪੜੀ। 1947 ਚ 1984 ਚ ਇਹ ਜਿਹੜੇ ਖੱਤਰੀ ਅਰੋੜੇ ਨੇ ਇਹ ਜ਼ਿਆਦਾ ਮਰੇ ਸੀਗੇ ਪਿੰਡਾਂ ਦੇ ਲੋਕਾਂ ਨਾਲ, ਇਹਨਾਂ ਨੇ ਜ਼ਿਆਦਾ ਸਫ਼ਰ ਕੀਤਾ। 1984 ਚ ਵੀ ਇਹਨਾਂ ਨੇ ਜ਼ਿਆਦਾ ਸਫ਼ਰ ਕੀਤਾ ਹੈਗਾ ਤੇ ਪਿੰਡਾਂ ਦੇ ਜਿਹੜੇ ਸੀ ਲੋਕ ਉਹ ਮੱਚ ਗਏ ਸੀਗੇ। ਤੇ ਇਸ ਕਰਕੇ ਜੇ ਤੁਸੀਂ ਰੱਬ ਦੇ ਘਰ ਚ ਚਲੇ ਜਾਵੋ ਤਦ ਤੁਹਾਨੂੰ ਕੋਈ ਸ਼ੈਤਾਨ ਜੋ ਨਹੀਂ ਸਕਦਾ। ਰਾਮ ਰਾਜੇ ਚ ਚਲੇ ਜਾਓ, ਉੱਥੇ ਆਨੰਦ ਹੈਗਾ। ਤੇ ਉਹ ਜਿਹੜਾ ਰਾਮ ਰਾਜੇ ਚ ਜਾਣ ਲਈ ਇਹ ਸਤਿਗੁਰੂ ਰਾਮਦਾਸ ਜੀ ਲੋਕਾਂ ਨੂੰ ਦੱਸਦੇ ਵੀ ਕੀ ਕਰਨਾ ਹੈਗਾ। ਦਸਾਂ ਜੋਤਾਂ ਵਿੱਚੋਂ ਛੇ ਜੋਤਾਂ ਜਿਹੜੀਆਂ ਹੈਗੀਆਂ ਨੇ ਉਹ ਸਿੱਖੀ ਦੀਆਂ ਹੈਗੀਆਂ ਨੇ। ਸਿੱਖ ਸਿੱਖ ਹਿੰਦੂ ਪਹਿਲਾ ਪੰਥ, ਪਹਿਲਾਂ ਆਪਣੇ ਕੱਚੇ ਪਿਓ ਦਾ ਬਣੋ, ਇਹਦੀ ਸੁਰਤੀ ਹੋਏਗੀ ਤਾਂ ਪੱਕੇ ਦੀ ਬਣੋਗੀ। ਆਹ ਜਿਹੜਾ ਲਿਖਿਆ ਨਾ ਖੱਤਰੀਆਂ ਨੇ, ਹਮ ਹਿੰਦੂ ਨਹੀਂ ਹੈ, ਕਾਹਨ ਸਿੰਘ ਜਿਹੜਾ ਹੈਗਾ ਇਹ ਅਰੋੜਾ ਖੱਤਰੀ ਹੈਗਾ ਤੇ ਇਹਨੇ ਲਿਖਿਆ ਨਾ ਹਮ ਹਿੰਦੂ ਨਹੀਂ ਹੈ, ਇਹ ਸ਼ਰਾਰਤ ਹੈਗੀ। ਜੇ ਹਿੰਦੂ ਨਹੀਂ ਹੈਗੇ, ਆਪਣੇ ਕੱਚੇ ਪਿਓ ਦੇ ਨਹੀਂ ਹੈਗੇ, ਬ੍ਰਹਮ ਕੇ ਬੇਟੇ ਨਹੀਂ, ਤੇ ਪਾਪ ਬ੍ਰਹਮ ਦੇ ਕਿੱਦਾਂ ਬਣ ਜਾਓਗੇ। ਇਹ ਹੈਗਾ ਜਿਹੜੀ ਜੜ ਹੈਗੀ ਜਿਹੜੀ ਨਾ ਇਹ ਕੱਟੀ ਹੋਈ ਹੈਗੀ ਸਿੱਖੀ ਦੀ ਜੜ। ਤੇ ਹੁਣ ਮੈਂ ਦੱਸਾਂਗਾ ਕਿੱਦਾਂ ਜਿਹੜੀ ਪ੍ਰੋਗਰੈਸ਼ਨ ਕਿੱਦਾਂ ਕਰੀਦੀ ਸਿੱਖੀ ਚ। ਸਤਿਗੁਰੂ ਅੰਗਦ ਦੇਵ ਜੀ ਇਹ ਸਿੱਖੀ ਦਾ ਧੁਰਾ ਹੈਗੇ ਨੇ, ਉਹ ਮੈਂ ਦੱਸਾਂਗਾ ਤੁਹਾਨੂੰ। ਆਹ ਹੈਗੇ ਨੇ ਇਹਨਾਂ ਦਾ ਡਿਫਰੈਂਟ ਰੋਲ ਜਿਹੜਾ ਹੈਗਾ ਸਿੱਖੀ ਚ, ਇਹ ਮੈਂ ਪਾਵਾਂਗਾ ਉੱਪਰ ਉਹਦੇ ਚ ਵੀਡੀਓ ਦੇ ਉੱਪਰ। ਤੇ ਮੇਰੇ ਵੀਡੀਓ ਉਹਨਾਂ ਨੇ ਇੱਕ ਹੋਰ ਸਟ੍ਰਾਈਕ ਦੇ ਦਿੱਤੀ ਹੈ, ਦੋ ਸਟ੍ਰਾਈਕ ਦੇ ਦਿੱਤੀਆਂ ਨੇ ਯੂਟਿਊਬ ਨੇ, ਕਿ ਮੈਂ ਜਦੋਂ ਬੋਲਦਾ ਮੈਂ ਸੱਚ ਬੋਲਦਾ ਹੈਗਾ। ਸੱਚ ਜਿਹੜਾ ਹੈਗਾ ਉਹ ਕੌੜਾ ਹੈਗਾ, ਜਿਹੜਾ ਸੱਤ ਹੈਗਾ ਇਹ ਪਖੰਡੀਆਂ ਨੂੰ ਪਖੰਡ ਇਹਨਾਂ ਦੇ ਤੋੜਦਾ ਹੈਗਾ। ਜਦੋਂ ਪਖੰਡ ਉਤਰਦੇ ਨਾ ਉਦੋਂ ਬੜੇ ਪਿੱਟਦੇ ਨੇ ਇਹ, ਤੇ ਇਹਨੇ ਤਾਂ ਲੋਕਾਂ ਨੂੰ ਬੇਵਕੂਫ ਬਣਾਇਆ ਸੀ ਇਹ ਇੱਕ ਜੱਟ, ਇਹ ਲੋਕਾਂ ਨੂੰ ਸਾਡੇ ਪਖੰਡ ਦੱਸੀ ਜਾਂਦਾ ਹੈਗਾ। ਉਹ ਕਰਦੇ ਨੇ ਜ਼ਿਆਦਾ ਉੱਥੇ ਸ਼ਿਕਾਇਤਾਂ ਯੂਟਿਊਬ 'ਤੇ ਅਤੇ ਹੋਰਾਂ 'ਤੇ, ਅਤੇ ਮੈਨੂੰ ਉਹਨਾਂ ਨੇ ਬੰਦ ਕਰ ਦਿੱਤੇ ਹੈਗੇ ਨੇ ਆਪਣੀ ਵੀਡੀਓ। ਮੈਂ ਲਿਖਿਆ 9-10 ਦਿਨ ਨਹੀਂ ਬਣਾ ਸਕਦਾ, ਚੜ੍ਹਾ ਸਕਦਾ ਫਿਰ ਚੜ੍ਹਾਵਾਂਗਾ ਮੈਂ ਹੁਣ ਬਣਾ ਕੇ। ਅਤੇ ਜੇ ਮੇਰੇ ਵੀਡੀਓ ਪਸੰਦ ਹੈਗੇ ਤੁਸੀਂ ਉਹਨਾਂ ਯੂਟਿਊਬ ਨੂੰ ਲਿਖੋ ਵੀ ਇਹ ਸੱਚ ਬੋਲਦਾ ਹੈਗਾ ਅਤੇ ਲੋਕਾਂ ਨੂੰ ਕੌੜਾ ਲੱਗਦਾ ਹੈਗਾ। ਬਾਕੀ ਜਿਹੜਾ ਪਰਮਾਤਮਾ ਹੈਗਾ ਮੈਨੂੰ ਕੋਈ, ਮੈਂ ਲੋਕਾਂ ਦੀਆਂ ਸਿਫਤਾਂ ਨਹੀਂ ਭਾਲਦਾ, ਉਹ ਮੇਰੇ ਨਾਲ ਰਹੇ ਪਰਮਾਤਮਾ, ਬਸ ਮੈਨੂੰ ਉਹ ਹੀ ਬਹੁਤ ਹੈਗਾ। ਆਪੇ ਸਭ ਸਿੱਧ ਹੋਣਗੀਆਂ ਚੀਜ਼ਾਂ।
ਤੇ ਐਟੋਮਿਕ ਵਾਰ ਲੱਗਣ ਵਾਲੀ ਹੈਗੀ ਐਂਡ ਆਫ ਦਿਸ ਈਅਰ ਤੇ ਆਪੇ ਲੋਕੀ ਪਿੱਟਣਗੇ ਉਦੋਂ ਜਿਹੜਾ ਨਾਮ ਹੈਗਾ ਪ੍ਰਗਟਿਆ ਜਾਏਗਾ ਕਲਯੁਗ ਦੇ ਖਤਮ ਹੋਣ ਤੋਂ ਪਹਿਲਾਂ ਆਹ ਹੈਗਾ ਜਿਹੜਾ ਨਾ ਕ੍ਰਿਸਚੈਨਿਟੀ ਚ ਜਿਹੜਾ ਜੀਜਸ ਹੀ ਪਹਿਲਾ ਸਤਿਗੁਰੂ ਦੁਨੀਆਂ ਚ ਜੀਜਸ ਆਇਆ ਫਿਰ ਨਾਨਕ ਆਇਆ ਸੈਕਿੰਡ ਕਮਿੰਗ ਆਫ ਜੀਜਸ ਤੇ ਇਹ ਸਭ ਤੋਂ ਵੱਡਾ ਹੈਗਾ ਜੀਜਸ ਛੋਟਾ ਹੈਗਾ ਉਹਦੇ ਜਿਹੜੇ ਸੀਗੇ ਉਹ ਪ੍ਰਿੰਸਿਸ ਆਫ ਡਾਰਕਨੈਸ ਸੀਗੇ ਸ਼ਹਿਜ਼ਾਦੇ ਬੱਚੇ ਜੁਡਾ ਅਸਕੈਰੀਓ ਜਿਹੜਾ ਸੀ ਉਹ ਸ਼ੈਤਾਨ ਸੀਗਾ ਪੈਸੇ ਦਾ ਉਹਨੂੰ ਸੀਗਾ ਤੇ ਉਹਨੂੰ ਜਦੋਂ ਲਕਸ਼ਮਣ ਨੇ ਪਾਈ ਤਾਂ ਉਹਨੂੰ ਕਿਸੇ ਦੀ ਮਾਰਨ ਦੀ ਨਹੀਂ ਲੋੜ ਪਈ ਉਹਨੇ ਖੁਦ ਹੀ ਉਹ ਜਿਹੜੇ 30 ਸਿੱਕੇ ਸੀਗੇ ਜਾ ਕੇ ਤੇ ਬ੍ਰਹਮਾ ਦੇ ਮੰਦਰ ਵਿੱਚ ਛਿੜ ਦਿੱਤੇ ਬ੍ਰਹਮਾ ਨੂੰ ਇਹ ਕਹਿੰਦੇ ਜਾਵੇ ਤੇ ਅਰਬੀ ਚ ਕਹਿੰਦਾ ਖੁਦਾ ਉੱਥੇ ਛਿੜ ਦਿੱਤੇ ਉਹਨਾਂ ਨੇ ਫਿਰ ਆਹ ਜਿਹੜਾ ਪੌਟ ਹੈਗਾ ਨਾ ਘੁਮਿਆਰ ਹੈਗਾ ਨਾ ਉਹ ਆਹ ਜਿਹੜਾ ਬਣਾਇਆ ਭਾਂਡਾ ਇਹ ਬ੍ਰਹਮਾ ਦਾ ਬਣਾਇਆ ਨਾ ਇਸ ਕਰਕੇ ਉਹਦੇ ਉਹਨਾਂ ਨੇ 30 ਸਿੱਕੇ ਚੱਕ ਕੇ ਤੇ ਪੋਟਰ ਸਟੀਲ ਖਰੀਦਿਆ ਉਹ ਇੰਨੇ ਲਾਲਚੀ ਨਹੀਂ ਸੀਗੇ ਜੇ ਇਹੋ ਚੀਜ਼ ਇੱਥੇ ਹੁੰਦੀ ਹਰਿਮੰਦਰ ਸਾਹਿਬ ਇਹਨਾਂ ਗ੍ਰੰਥੀਆਂ ਨੇ ਫੜ ਕੇ ਤਾਂ ਰੱਖ ਲੈਣੇ ਸੀਗੇ ਉਹਨਾਂ ਨੇ ਰੱਖੇ ਨਹੀਂ ਹੈਗੇ ਇਹਨਾਂ ਦੇ ਜਿਹੜੇ ਜੂ ਹੈਗੇ ਨੇ ਇਹਨਾਂ ਦੇ ਦਿਲ ਜਿਹੜੇ ਖੱਤਰੀਆਂ ਨਾਲੋਂ ਕਿੰਨੇ ਕਈ ਗੁਣਾ ਸਾਫ਼ ਹੈਗੇ ਨੇ ਖੱਤਰੀ ਇੱਕ ਨੰਬਰ ਦੇ ਸ਼ੈਤਾਨ ਹੈਗੇ ਦੁਨੀਆਂ 'ਚ ਤੇ ਆਹ ਹੈਗਾ ਜਿਹੜਾ ਜਿਹਦੇ 6 ਹੈਗੇ ਨੇ ਸਤਿਗੁਰੂ 4 ਹੈਗੇ ਸੱਚੇ ਪਾਤਸ਼ਾਹ 10 ਜੋਤਾਂ ਬਣਦੀਆਂ ਇਸ ਤਰ੍ਹਾਂ ਜਿਹੜੇ 6 ਹੈਗੇ ਨੇ ਉਹ ਮਨੋਰੇ ਦੀਆਂ ਹੈਗੀਆਂ ਬੱਤੀਆਂ ਹੈਗੀਆਂ ਨੇ 7 ਬੱਤੀਆਂ ਹੈਗੀਆਂ ਨੇ ਇਹ ਹੈਗਾ ਸੋਸ਼ਲ ਇਕਨੋਮਿਕਲ ਐਂਡ ਪੋਲੀਟੀਕਲ ਅਫੇਅਰ ਇਹ ਕੋਈ ਚੰਗੇ ਕਰਦਾ ਕੋਈ ਮੰਦੇ ਕੰਮ ਕਰਦਾ ਹੈਗਾ ਇਹੋ ਹੀ ਹੈਗੇ ਨਾ ਤਿੰਨੇ ਹੀ ਤੇ ਜਿਹੜਾ ਚੰਗੇ ਕਰਦਾ ਉਹਨੂੰ ਹੋਲੀ ਜਿਹੜਾ ਮੰਦੇ ਕਰਦਾ ਉਹਨੂੰ ਈਵਲ ਤੇ 3 ਬੱਤੀਆਂ ਇੱਧਰ ਹੋਲੀ ਕਹਿ ਲਓ ਅਤੇ ਇੱਧਰ ਈਵਲ ਕਹਿ ਲਓ ਉਹ ਸੱਜੇ ਹੱਥ ਹੈਗੀਆਂ ਇਹਦੇ ਅਤੇ ਗਗੜੀ ਬੱਤੀ ਜਿਹੜੀ ਹੈਗੀ ਇਹ ਪਾਰਬ੍ਰਹਮ ਦੀ ਹੈਗੀ ਪਾਰਬ੍ਰਹਮ ਨੂੰ ਇਹ ਐਲੋਹੀਅਮ ਕਹਿੰਦੇ ਨੇ ਇਹਨੂੰ ਅੱਲਾ ਕਹੀਦਾ ਹੈਗਾ ਪਾਰਬ੍ਰਹਮ ਨੂੰ ਜੀਜੇ ਜਿਹੜਾ ਸੀਗਾ ਉਹ ਯਾਵੇ ਦਾ ਪੁੱਤਰ ਸੀ ਬ੍ਰਹਮਾ ਦਾ ਪੁੱਤਰ ਸੀਗਾ ਮੇਰੀ ਨੂੰ ਯਾਵੇ ਨੇ ਯਜਿਆ ਸੀਗਾ ਤੇ ਇਸ ਕਰਕੇ ਉਹਦਾ ਨਾਂ ਯਸ਼ੁਆ ਰੱਖਿਆ ਹੈਗਾ ਯਹ ਤਾਂ ਹੋ ਗਿਆ ਨਾ ਯਾਵੇ ਤੂੰ ਤੇ ਸ਼ੁਆ ਜਾਂ ਸ਼ਿਵਾ ਹੋਇਆ ਫਸਟ ਐਡਮ ਹਰ ਹਰ ਮਹਾਂਦੇਵ ਇਸ ਕਰਕੇ ਉਹ ਪਹਿਲਾ ਸੀਗਾ ਸੱਤ ਸੈਕਿੰਡ ਐਡਮ ਸੀਗਾ ਉਹ ਤੇ ਦੁਨੀਆਂ ਕਲਯੁਗ ਦਾ ਪਹਿਲਾ ਸਤਿਗੁਰੂ ਜੀਜੇ ਸੀਗਾ ਇਸ ਦੀ ਪੂਰੀ ਜਾਣਕਾਰੀ ਕਰਨ ਲਈ ਮੇਰੇ ਵੀਡੀਓ ਦੇਖੋ ਇਹ ਜਾਣਕਾਰੀ ਉਹਨੂੰ ਮਿਲਦੀ ਹੈਗੀ ਜਿਹੜਾ ਢੂੰਡਦਾ ਹੈਗਾ ਇਹਨੂੰ ਕਹਿੰਦਾ ਸੀਕਰ ਜਿਹੜਾ ਢੂੰਡਦਾ ਨਹੀਂ ਹੈਗਾ ਉਹਨੂੰ ਨਹੀਂ ਮਿਲਦੀ ਕੁਛ ਵੀ ਪੜ੍ਹੀ ਜਾਵੇ ਕਿਤਾਬਾਂ ਉੱਥੇ ਆਦਿ ਗ੍ਰੰਥ ਪੜ੍ਹੀ ਜਾਵੇ ਬਾਣੀਆਂ ਦੇ ਪਾਠ ਕਰੀ ਜਾਵੇ ਕੁਛ ਨਹੀਂ ਉਹਨੂੰ ਪਤਾ ਲੱਗਦਾ ਇੰਨਾ ਹੈਗਾ ਵੀ ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾ ਇਹਦੇ ਇਸ ਜਿਹੜੇ ਤੁਕ ਦੇ ਵਿਆਖਿਆ ਕਿਤੇ ਕੋਈ ਵੀ ਨਹੀਂ ਕਰ ਸਕਦਾ ਜੇ ਕੋਈ ਕਰਦਾ ਹੈਗਾ ਤਾਂ ਮੈਨੂੰ ਦੱਸਿਆ ਜੇ ਕਿੰਨੀ ਸੌਖੀ ਹੈਗੀ ਤੁਕ ਇਹਦੇ ਬਾਰੇ ਮੈਂ ਦੱਸਾਂਗਾ ਤੁਹਾਨੂੰ ਤੇ ਆਹ ਹੈਗਾ ਮਨੋਰਾ ਇਹ 6 ਜਿਹੜੇ ਨੇ ਇਹਨਾਂ ਨੂੰ ਉਪਦੇਸ਼ ਚਾਹੀਦਾ 3 ਇੱਧਰ ਤੇ 3 ਇੱਧਰ ਦੁਨਿਆਵੀ ਆਦਮੀਆਂ ਨੂੰ ਆਹ ਹੈਗੇ ਸਾਧੂ ਜਿਹੜਾ ਗੱਭੇ ਹੈਗਾ ਸਾਧੂਆਂ ਨੂੰ ਉਪਦੇਸ਼ ਨਹੀਂ ਚਾਹੀਦਾ ਸਾਧੂ ਉਹਦੇ ਪੁੱਤਰ ਹੈਗੇ ਨੇ ਪਾਰਬ੍ਰਹਮ ਦੇ ਇਹ ਮਾਇਆ ਨੂੰ ਹੱਥ ਨਹੀਂ ਲਾਉਂਦੇ ਇਹ ਜਿਹੜੇ ਸਾਧੂ ਪਾਏ ਕੇ ਭਗਵੇਂ ਕੱਪੜੇ ਪਾ ਕੇ ਇੱਕ ਸੰਤ ਹੈਗੇ ਨੇ ਇਹ ਸੰਤ ਨਹੀਂ ਹੈਗੇ ਦੇਖਿਓ ਭਗਤ ਕਬੀਰ ਜੀ ਦੇ ਆਇਆ ਸੀ ਨਾ ਇੱਕ ਭਗਵੇਂ ਕੱਪੜੇ ਵਾਲਾ ਤੇ ਉਹਨਾਂ ਨੇ ਰਾਤ ਰੱਖਿਆ ਉੱਥੇ ਤੇ ਸਵੇਰੇ ਉਹਨਾਂ ਨੇ ਆਪਣਾ ਕੀਰਤਨ ਸ਼ੁਰੂ ਕੀਤਾ ਉਹ ਪਿੱਛੇ
ਉਹਨਾਂ ਦੇ ਕਮਰੇ ਚ ਰਹਿ ਗਿਆ ਤੇ ਉਹਨੇ ਉਹਨਾਂ ਦੀ ਜਿਹੜੀ ਥੈਲੀ ਸੀ ਨਾ ਪੈਸਿਆਂ ਵਾਲੀ ਉਹ ਚੱਕ ਕੇ ਤੇ ਪਾ ਲਈ ਤੇ ਚੱਲਿਆ ਤੇ ਉਹ ਭਗਤ ਕਬੀਰ ਜੀ ਕਹਿੰਦੇ ਵੀ ਕੁਛ ਖਾਣੇ ਕੇ ਲਈ ਵੀ ਲੈ ਜਾ ਨਾ ਤੂੰ ਏਦਾਂ ਹੱਥ ਖਾਲੀ ਹੱਥ ਨਾ ਜਾ ਤੂੰ ਤੇ ਮੁੰਡੇ ਨੂੰ ਕਹਿੰਦੇ ਜਾਓ ਮੇਰੀ ਥੈਲੀ ਲੈ ਆ ਉੱਥੇ ਉਹ ਗਿਆ ਤਾਂ ਕਹਿੰਦਾ ਉਹ ਤਾਂ ਹੈ ਨੀ ਗੀ ਥੈਲੀ ਜੀ ਫਿਰ ਉਹਨਾਂ ਭਗਤ ਕਬੀਰ ਜੀ ਤਾਂ ਜਾਨੀ ਜਾਨ ਸੀਗੇ ਫਿਰ ਉਹਨੂੰ ਕਿਹਾ ਵੀ ਕੱਢ ਗਈ ਉਹ ਜਿਹੜਾ ਸਾਧੂ ਸੀਗਾ ਪਖੰਡੀ ਤੇ ਉਹਨੇ ਫਿਰ ਕੱਢ ਦਿੱਤੀ ਤੇ ਏਦਾਂ ਹੈਗੇ ਜਿਹੜੇ ਸਾਧੂ ਹੁੰਦੇ ਨੇ ਉਹ ਪੈਸੇ ਨੂੰ ਵੀ ਹੱਥ ਲਾਉਂਦੇ ਜਿਹੜਾ ਪੈਸਾ ਲਵੇ ਉਹ ਸਾਧੂ ਨਹੀਂ ਹੈਗਾ ਉਹ ਪਖੰਡੀ ਹੈਗਾ ਤੇ ਉਹਨਾਂ ਉਹਦੇ ਤੋਂ ਬਚ ਕੇ ਰਹੋ ਇਹ ਭਗਵੇਂ ਕੱਪੜੇ ਪਾ ਕੇ ਫਿਰਦੇ ਨਾ ਜਿਹੜੇ ਇਹ 99% ਪਖੰਡੀ ਹੈਗੇ ਨੇ ਤੇ ਬਾਕੀ ਫਿਰ ਮੈਂ ਦੱਸਿਆ ਹੋਰ ਵੀ ਕਿ ਆਹ ਹੈਗੀਆਂ ਜਿਹੜਾ ਮਿਡਲ ਕੈਂਡਲ ਹੈਗੀ ਨਾ ਇਹ ਪਾਬ੍ਰਹਮ ਦੀ ਹੈਗੀ ਪਾਬ੍ਰਹਮ ਅੱਲਾਹ ਤੇ ਐਲੋਹੀਅਮ ਇੱਕੋ ਚੀਜ਼ ਹੈਗੀ ਤੇ ਇਹਦਾ ਪੁੱਤਰ ਜਿਹੜਾ ਸੀ ਉਹਨੂੰ ਸਤਿਗੁਰੂ ਕਹਿੰਦਾ ਹੈਗਾ ਸੱਤ ਪੁਰਖ ਦੇ ਜਾਣਿਆ ਸਤਿਗੁਰੂ ਜਿਸ ਦਾ ਨਾਉ ਇਹ ਸੱਤ ਪੁਰਖ ਹੈਗਾ ਜਿਹੜਾ ਮਿਡਲ ਕੈਂਡਲ ਹੈਗੀ ਇਹਨੂੰ ਬ੍ਰਹਮਾ ਵੀ ਕਹਿੰਦੇ ਨੇ ਇਹਨੂੰ ਸੱਤ ਪੁਰਖ ਵੀ ਕਹਿੰਦੇ ਇਹਨੂੰ ਅਕਾਲ ਪੁਰਖ ਵੀ ਕਹਿੰਦੇ ਨੇ ਇਹ ਜਾਣਕਾਰੀ ਲੈਣ ਲਈ ਵੀਡੀਓ ਦੇਖੋ ਤੇ ਜਾਂ ਸੋਚੋ ਵਿਚਾਰ ਕਰੋ ਤਾਂ ਤਦ ਇਹ ਮਿਲਦਾ ਗਿਆਨ ਕਿਤਾਬਾਂ 'ਚ ਨਹੀਂ ਮਿਲਦਾ ਗਿਆਨ ਕਿਤਾਬਾਂ 'ਚ ਪੜ੍ਹਦੇ ਰਹੋ ਤੁਸੀਂ ਕੋਈ ਨਹੀਂ ਦੱਸ ਸਕਦਾ ਤੁਹਾਨੂੰ ਇਹ ਜਿਹੜਾ ਹੈਗਾ ਕਲਯੁਗ ਵਿੱਚ ਪਾਰ ਬ੍ਰਹਮ ਸਤਪੁਰਖ ਉਹ ਅੰਦਰ ਆ ਕੇ ਤੁਹਾਨੂੰ ਸਮਝਾਉਂਦਾ ਹੈਗਾ ਇਸ ਕਰਕੇ ਸਤਪੁਰਖ ਜਿਨ ਜਾਣਿਆ ਸਤਿਗੁਰੂ ਤਿਸਕਾ ਨਾਉ ਅੰਤਰ ਸਤਿਗੁਰੂ ਅਰਾਧੀਏ ਜੀਵਾ ਜਪੇ ਨਾਉ ਜਿੰਨਾ ਚਿਰ ਤੁਸੀਂ ਅੰਤਰ ਸਤਿਗੁਰੂ ਜਿਹੜਾ ਹੈਗਾ ਇਹਨਾਂ ਮੈਨ ਨੂੰ ਕਹਿੰਦੇ ਨੇ ਉਹ ਕ੍ਰਾਈਸਟ ਹੈਗਾ ਤੇ ਉਹ ਅੰਦਰ ਹੋਏਗਾ ਉਹ ਤੁਹਾਨੂੰ ਦੱਸੇਗਾ ਸਾਰੀਆਂ ਚੀਜ਼ਾਂ ਕਿਤਾਬਾਂ 'ਚ ਨਹੀਂ ਮਿਲਦੀਆਂ ਇੱਥੇ ਕਿਤਾਬਾਂ ਨਹੀਂ ਅਲਾਊਡ ਹੈਗੀਆਂ ਆਪਣੇ ਰਾਮ ਰਾਜੇ 'ਚ ਉਹਦਾ ਮੈਂ ਦੱਸਣਾ ਤੁਹਾਨੂੰ ਅਤੇ ਇਹ ਹੈਗਾ ਆਪਣੇ ਮਨੋਹਰਾ ਜਿਹੜਾ ਹੈਗਾ ਨਾ ਅਤੇ ਆਹ ਜਿਹੜੀ ਮਿਡਲ ਕੈਂਡਲ ਜਿਹੜੀ ਛਿਆਂ ਦੇ ਉੱਪਰ ਚੜੀ ਚੜਾਈ ਜਾਂਦੀ ਹੈਗੀ ਉੱਚੀ ਅਤੇ ਉਹਦੀ ਇਨ ਓਨਰ ਆਫ ਕ੍ਰਾਈਸਟ ਜੀ ਦੇ ਸਤਿਗੁਰੂ ਦੇ ਹੈਗੀ ਇਹ ਬੱਤੀ ਇਹ ਬਾਹਮਣ ਨਿਕੰਮੇ ਹੋ ਜਾਂਦੇ ਅਤੇ ਤਦ ਫਿਰ ਉੱਪਰ ਚੜਾਈ ਜਾਂਦੀ ਹੈਗੀ ਜਿਹੜੇ ਸਮੈਰੀਟਨ ਸੀਗੇ ਉਹਨਾਂ ਦੇ ਮਨੋਰਥ ਸਾਰੀਆਂ ਇੱਕੋ ਲਾਈਨ 'ਤੇ ਸੀਗੀਆਂ ਉੱਪਰ ਨਹੀਂ ਸੀ ਚੜੀ ਕਿਉਂ ਉਹਨਾਂ ਦੇ ਕੋਲ ਸਤਿਗੁਰੂ ਸੀਗਾ ਉਹ ਨੇਸ਼ਨ ਆਫ ਪ੍ਰੋਫਿਟ ਸੀਗੇ ਅਤੇ ਉਹਨਾਂ ਨੂੰ ਨਫ਼ਰਤ ਕਰਦੇ ਸੀਗੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਪਹਿਲੇ ਸਤਿਗੁਰੂ ਤੋਂ ਮਿਲਣਗੀਆਂ ਤੁਹਾਨੂੰ ਅਤੇ ਤੁਸੀਂ ਹੈਰਾਨ ਹੋਵੋਗੇ ਦਲਾਲੇ ਜਿਹੜੇ ਵੈਸਟ 'ਚ ਰਹਿੰਦੇ ਅਮੈਰੀਕਾ 'ਚ ਰਹਿੰਦੇ ਹੋਣ ਉਹ ਲੋਕਾਂ ਨੂੰ ਦੱਸਣ ਵਾਲੇ ਵੀ ਸੀ ਸਤਿਗੁਰੂ ਤੋਂ ਨਾਨਕ ਤੋਂ ਕੀ ਸਿੱਖਿਆ ਹੈਗਾ ਉਹਨਾਂ ਨੂੰ ਸਿੱਖੀ ਪੜ੍ਹਾਓ ਦੱਸੋ ਬਾਈਬਲ ਦੇ ਰਾਹੀਂ ਬਾਈਬਲ ਦੇ ਕਰਕੇ ਉਹਨਾਂ ਨੂੰ ਸਾਰੇ ਜਿਹੜੇ ਹੈਗੇ ਉਹਨਾਂ ਦੇ ਪੈਰਾਬਲ ਉਹਦੇ ਮਤਲਬ ਕੱਢ ਕੇ ਉਹਨਾਂ ਨੂੰ ਸਿੱਖੀ ਤਦ ਸਮਝਾਓ ਉਹਨਾਂ ਨੂੰ ਤਦ ਹੈਗਾ ਨਾ ਸਿੱਖ ਹੋਇਆ ਪਗੜੀ ਤੇ ਦਾੜੀ ਨਾਲ ਸਿੱਖ ਨਹੀਂ ਬਣਦਾ ਪਗੜੀ ਤੇ ਦਾੜੀ ਇਹ ਖਾਲਸੇ ਲਈ ਹੁੰਦੀ ਹੈਗੀ ਇਹ ਸ਼ਾਮਸਨ ਦਲੇਲੇ ਦੀ ਕਹਾਣੀ ਸੁਣੀ ਨਾ ਤੁਸੀਂ ਇਹ ਉਹ ਹੈਗੀ ਫੁਲਫਿਲ ਕਰਦੀ ਕਿ ਆਦਮੀ ਦੀ ਤਾਕਤ ਜਿਹੜੀ ਹੈਗੀ ਜੇ ਤੁਸੀਂ ਬ੍ਰਹਮਾ ਦੇ ਪੁੱਤ ਹੈਗੇ ਆ ਬ੍ਰਹਮਾ ਜਿਹੜਾ ਹੈਗਾ ਉਹ ਸ਼ਕਤੀ ਵਾਲਾਗਾ ਉਹ ਤਾਕਤ ਦਿੰਦਾ ਹੈਗਾ ਤੇ ਜੇ ਤੁਸੀਂ ਬ੍ਰਹਮਾ ਦੇ ਪੁੱਤਰ ਬਣੋਗੇ ਤਦ ਤੁਸੀਂ ਲੜਨ ਵਾਲੇ ਬਣੋਗੇ ਤੇ ਤਾਕਤ ਆਏਗੀ ਤੁਹਾਨੂੰ ਬ੍ਰਹਮਾ ਦਾ ਜਿਹੜਾ ਪੈਦਾ ਕੀਤਾ ਉਹ ਸ਼ਿਵ ਹੈਗਾ ਤਦੇ ਸੱਚੇ ਪਾਤਸ਼ਾਹ ਗੁਰਬਿੰਦ ਸਿੰਘ ਕਹਿੰਦੇ ਨਾ ਜੇ ਸ਼ਿਵਾ ਵਰ ਮੁਹੇ ਸ਼ਿਵਾ ਦਾ ਮਤਲਬ ਹੈਗਾ ਬੰਦੇ ਦੇ ਪੁੱਤਰੋ ਆਓ ਆਪਾਂ ਸ਼ੈਤਾਨ ਦੇ ਪੁੱਤਰਾਂ ਨਾਲ ਲੜੀਏ ਤੇ ਇਹ ਖੱਤਰੀਆਂ ਨੇ ਹਮ ਹਿੰਦੂ ਨਹੀਂ ਹੈ ਕਰਕੇ ਸਾਡੀ ਸਾਨੂੰ ਨਫ਼ਰਤ ਪੈਦਾ ਕਰ ਦਿੱਤੀ ਇਹਨਾਂ ਦੇ ਜਿਹੜੇ ਹੈਗੇ ਨੇ ਬੋਧੀ ਜਿਹੜੇ ਵਾਲੇ ਇਹ ਹਿੰਦੂ ਪਹਿਲਾ ਸਮਾਜ ਹੈਗਾ
ਪਹਿਲਾ ਪੰਥ ਹੈਗਾ। ਜੇ ਪਹਿਲਾ ਪੰਥ ਹੀ ਨਹੀਂ ਪਾਸ ਕੀਤਾ ਤੇ ਦੂਜੇ ਪੰਥ ਚ ਕਿੱਦਾਂ ਚਲੇ ਜਾਓਗੇ? ਤੇ ਦੂਜਾ ਪੰਥ ਹੈਗਾ ਸਿੱਖ, ਤੀਜਾ ਪੰਥ ਹੈਗਾ ਖਾਲਸਾ, ਚੌਥਾ ਪੰਥ ਹੈਗਾ ਨਿਰਮਲੇ ਸੰਤਾਂ ਦਾ। ਚਾਰ ਪੰਥ ਹੈਗੇ ਨੇ, ਇਸੇ ਕਰਕੇ ਚਾਰ ਸੱਚੇ ਤਖ਼ਤ ਹੈਗੇ ਨੇ। ਇਹ ਦਮਦਮੀ ਟਕਸਾਲ ਜਿਹੜੀ ਇਹ ਸ਼ੰਕਰ ਵਰਗੀਆਂ ਦਾ ਹੈਗਾ, ਜਿੱਥੇ ਲੋਕੀ ਸਿੱਖ ਕੌਮ ਦਾ ਪ੍ਰਚਾਰ ਕਰਕੇ ਪੱਕੇ ਹਰਾਮੀ ਬਣਦੇ ਨੇ। ਇਹ ਭਿੰਡਰਾਂ ਵਾਲਾ ਨਾ ਸਿੱਖ ਸੀਗਾ ਤੇ ਨਾ ਖਾਲਸਾ ਸੀਗਾ। ਸਿੱਖ ਹੁੰਦਾ ਭਾਈ ਕਨੱਈਆ ਵਾਂਗਣ ਸੇਵਾਦਾਰ, ਖਾਲਸਾ ਹੁੰਦਾ ਉਹ ਲੜਦਾ ਹੈਗਾ, ਉਹ ਘਰਾਂ ਚ ਨਹੀਂ ਰਹਿੰਦਾ, ਪੰਜਾਂ ਦੇ ਸਿਰ ਸਟੇਜ ਤੇ ਲਾਏ ਸੀਗੇ, ਫਿਰ ਇੱਕ ਦਾ ਧੜ ਤੇ ਦੂਜੇ ਦਾ ਸਿਰ ਸੀ ਕਿ ਉਹਨਾਂ ਨੂੰ ਜਿਉਂਦਾ ਕੀਤਾ ਸੀ। ਉਹ ਕਿਹਦੇ ਘਰ ਜਾਣਗੇ ਅੰਮ੍ਰਿਤ ਨਾਲ ਜਦੋਂ ਖੜੇ ਹੋ ਗਏ? ਸਿਰ ਵਾਲੇ ਦੇ ਕਿ ਜਾਣਗੇ ਧੜ ਵਾਲੇ ਦੇ? ਉਹ ਜੰਗਲਾਂ ਚ ਰਹਿੰਦੇ ਨੇ ਖਾਲਸੇ, ਉਹਨੂੰ ਸੱਚ ਖਾਲਸਾ ਕਹਿੰਦੇ ਨੇ। ਇਹ ਜਿਹੜੇ ਘਰਾਂ ਚ ਬੈਠੇ ਇਹ ਬੰਦੇ ਹੀ ਖਾਲਸੇ, ਬੰਦਾ ਬਹਾਦਰ ਦੇ। ਬੰਦਾ ਬਹਾਦਰ ਛੋਟੀ ਖੱਤਰੀ ਸੀਗਾ, ਪ੍ਰਿਥੀ ਚੰਦ ਵਾਂਗਰ ਲਾਲਚੀ ਸੀਗਾ, ਉਹ ਮਨਮੁਖ, ਉਹ ਸਿੱਖ ਕੇ ਜਿਹਦੇ ਤੋਂ ਫਿਰ ਉਹਨੂੰ ਮਾਰ ਕੇ ਉਹਦੀ ਗੱਦੀ ਦੇ ਫਿਰ ਬਹਿਣ ਦੀ ਕੋਸ਼ਿਸ਼ ਕਰਦਾ ਸੀਗਾ। ਤੇ ਇਸੇ ਤਰ੍ਹਾਂ ਇਹਨਾਂ ਨੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦਾ ਜਦੋਂ ਉਹ ਖਾਲਸਾ ਬਣਿਆ ਤੇ ਉਹਨੇ ਵਿਆਹ ਕਰਾ ਲਿਆ ਤੇ ਸਭ ਕੁਛ ਕਰ ਲਿਆ, ਉਹ ਮਾਰ ਕੇ ਉਹਦੀ ਗੱਦੀ ਤੇ ਬੈਠਾ ਸੀਗਾ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਦੇ। ਉਸੇ ਨੇ ਦੋ ਪਠਾਨ ਕੱਲੇ ਸੀ, ਜਾਓ ਉਹਨੂੰ ਖਤਮ ਕਰੋ, ਮਾਰੋ ਉਹਨੂੰ। ਤੇ ਉਹ ਪੈਸੇ ਦੀ ਖਾਤਰ ਉਹਨਾਂ ਨੇ ਮਾਰੇ ਸੀਗੇ। ਤੇ ਜਿਹੜਾ ਹੁੰਦਾ ਮਨਮੁੱਖ ਹੁੰਦਾ ਉਹ ਆਪ ਨੀ ਸਾਹਮਣੇ ਆਉਂਦਾ, ਉਹ ਦੂਏ ਦੇ ਕੰਧੇ ਤੇ ਰਾਕੇ ਦੇ ਬੰਦੂਕ ਚਲਾਉਂਦਾ ਹੈਗਾ। ਇਸ ਕਰਕੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸੀਗੇ, ਉਹ ਜਦੋਂ ਹਮਲਾ ਕੀਤਾ ਸੀ ਨਾ ਉਹਨਾਂ ਨੇ, ਉਹਨਾਂ ਦਾ ਮੁਖੀ ਜਿਹੜਾ ਸੀਗਾ ਇੱਕ ਖਵਾਜਾ ਖੱਤਰੀ ਸੀਗਾ। ਖਵਾਜਾ ਖੱਤਰੀ ਆਪ ਕੰਧ ਦੇ ਪਿੱਛੇ ਹੁੰਦਾ ਸੀਗਾ, ਉਹਨੂੰ ਪਤਾ ਸੀ ਵੀ ਉਹਨਾਂ ਦਾ ਜਿਹੜਾ ਤੀਰ ਹੈਗਾ ਉਹ ਨਿਸ਼ਾਨਾ ਨਹੀਂ ਉਹਨਾਂ ਦਾ ਖੁੱਲਦਾ। ਤੇ ਉਹ ਦੋਵਾਂ ਬੰਦਿਆਂ ਨੂੰ ਮੋਹਰੇ ਕੀਤਾ ਸੀ, ਉਹਨੇ ਲੜੋ ਤਿਆਰ ਕਰੋ, ਆਪ ਸੀਗਾ ਕੰਧ ਦੇ ਪਿੱਛੇ ਲੁਕਿਆ ਹੋਇਆ। ਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਜੇ ਤੁਸੀਂ ਕੋਸ਼ਿਸ਼ ਕਰੋ। ਮੇਰੀ ਕਿਤਾਬ ਲਿਖੀ ਹੋਏਗੀ, ਉਹਨੂੰ ਰਿਵੀਜ਼ਨ ਕਰਨ ਦਾ ਹੈਗਾ, ਉਹਦੇ 'ਚ ਗਲਤੀਆਂ ਹੈਗੀਆਂ ਥੋੜ੍ਹੀਆਂ ਥੋੜ੍ਹੀਆਂ, ਉਹ ਠੀਕ ਹੋ ਜਾਣਗੀਆਂ। ਅਤੇ ਇਹ ਜਿਹੜਾ ਨਾਮ ਹੈਗਾ ਇਹ ਪ੍ਰਚਾਰ ਕੀਤਿਆਂ ਮਿਲਦਾ ਹੈਗਾ, ਅੰਦਰੋਂ ਜਦੋਂ ਪ੍ਰਚਾਰ ਕਰੋਗੇ ਫਿਰ ਪਰਮਾਤਮਾ ਹੋਰ ਦਿੰਦਾ ਹੈਗਾ। ਜੇ ਇਹਨੂੰ ਸਮਝ ਕੇ ਤੁਸੀਂ ਢੱਕ ਦਿਓਗੇ ਨਾ, ਪੁਟਿੰਗ ਹਿਜ ਵਰਡ ਅੰਡਰ ਬੁਸ਼ਲ, ਲਾਈਟ ਅੰਡਰ ਬੁਸ਼ਲ, ਉਹ ਫਿਰ ਜਿਹੜੀ ਤੁਹਾਨੂੰ ਲਾਈਟ ਦਿੱਤੀ ਨਾ, ਮਾੜਾ ਮਾੜੀ ਸਮਝ ਦਿੱਤੀ, ਉਹ ਵੀ ਉੱਡ ਜਾਂਦੀ ਹੈਗੀ। ਲੋਕੀ ਪੈਸੇ ਪਿੱਛੇ ਚੜ੍ਹ ਜਾਂਦੇ ਨੇ, ਜਿਹੜੇ ਪੈਸੇ ਪਿੱਛੇ ਜਾਂਦੇ ਨੇ ਉਹ ਨਾਮ ਨਹੀਂ ਪਾਉਂਦੇ। ਇਸ ਕਰਕੇ ਨਿਰਮਲੇ ਸੰਤ ਜਿਹੜੇ ਸੀਗੇ ਉਹ ਪੈਸਾ ਨਹੀਂ ਸੀ ਲੈਂਦੇ। ਇਹ ਜਿਹੜੇ ਨਿਰਮਲ ਸੰਤ ਅੱਜ ਹੈਗੇ ਨੇ ਇਹ ਖੱਤਰੀਆਂ ਦੇ ਪੈਦਾ ਕੀਤੇ ਨੇ। ਨਿਰਮਲੇ ਸੰਤ ਦਾਸ ਹੁੰਦੇ ਨੇ, ਉਹ ਸਿੰਘ ਨਹੀਂ ਹੁੰਦੇ। ਇਹ ਜਿਹੜੇ ਹੈਗੇ ਨਾ ਸੰਤ ਬਣੇ ਹੋਏ ਗੁਰਦੁਆਰੇ ਬੈਠੇ, ਬਾਬਾ ਫਲਾਨਾ ਸਿੰਘ ਤੇ ਫਲਾਨਾ ਸਿੰਘ, ਇਹ ਸਾਰੇ ਪਖੰਡੀ ਹੈਗੇ ਨੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਜਿਹੜਾ ਹੁੰਦਾ ਨਿਰਮਲਾ ਸੰਤ ਹੁੰਦਾ ਉਹ ਦਾਸ ਹੁੰਦਾ, ਰਾਮਦਾਸ ਜੀ ਦੇ ਵਰਗਾ। ਤੇ ਸਿੰਘ ਹੁੰਦੇ ਨੇ ਖਾਲਸੇ, ਉਹਨਾਂ ਦਾ ਗੋਤ ਜਿਹੜਾ ਹੈਗਾ ਸਿੰਘ ਹੈਗਾ। ਇਹ ਸਿੰਘ ਖੱਤਰੀਆਂ ਨੇ ਸਾਡੇ ਵਿੱਚ ਪਾਇਆ ਹੈਗਾ ਦਸੌਂਦ ਲੈਣ ਦੇ। ਪੰਡਿਤ ਲੈਂਦਾ ਸੀ ਪਿੰਡ ਦੀ, ਇਹ ਖੱਤਰੀ ਜਿਹੜੇ ਸੀਗੇ ਫਿਰ ਸ਼ਹਿਰਾਂ ਦੀਆਂ ਦਸੌਂਦ ਲੈਣ ਲੱਗ ਪਏ, ਸਾਰੇ ਇਲਾਕੇ ਦੀ ਦਸੌਂਦ ਲੱਗ ਪਈ। ਯਾਨੀ ਇਹਨੇ ਚਤਰ ਚਲਾ ਕੇ ਗਏ, ਉਹ ਪੁੱਤ ਜੰਮਣ ਖਤਰਾਣੀਆਂ ਕੋਈ ਕੋਈ ਬੰਬਣੀਆਂ, ਏਦਾਂ ਮਸ਼ਹੂਰ ਹੋ ਗਿਆ ਸੀਗਾ। ਅੱਛਾ ਚਲੋ ਆਹ ਹੁਣ ਪਹਿਲਾਂ ਕਰ ਦਈਏ ਅਤੇ ਫਿਰ ਆਪਾਂ ਦੇਖਦੇ ਹਾਂ। ਅਤੇ ਆ ਹੈਗਾ ਹਰ ਇੱਕ ਓਂਕਾਰ ਹੈਗਾ ਬਣਿਆ, ਹਰ ਇੱਕ ਓਂਕਾਰ ਹਰੀ ਓਮ ਸ਼ਾਂਤੀ ਤੋਂ ਬਣਿਆ ਹੈਗਾ। ਇਹ ਹਰ ਇੱਕ ਓਂਕਾਰ ਹੈਗਾ, ਆਹ ਜਿਹੜਾ ਬੰਧਨ ਇੱਕ ਉੱਠ ਜਾਂਦਾ ਹੈਗਾ, ਆਹ ਜਿਹੜਾ ਬੰਧਨ ਹੈਗਾ ਇੱਕ ਉੱਠ ਕੇ ਤਾਂ ਖੁੱਲ ਜਾਂਦੀ ਹੈਗੀ ਆ ਕੱਟ।
ਤੇ ਆਹ ਜਿਹੜੀ ਹੈਗੀ ਬੋਧੀ ਨੂੰ ਗੱਠ ਦਿੱਤੀ ਹੈ, ਸਤਿਗੁਰੂ ਦੀ ਦਿੱਤੀ ਹੈਗੀ ਮਨ ਦੇ ਉੱਪਰ। ਮਨ ਦਾ ਜਿਹੜਾ ਸਤਿਗੁਰੂ ਹੁੰਦਾ ਹੈਗਾ, ਮਨ ਦਾ ਜਿਹੜਾ ਗੁਰੂ ਹੁੰਦਾ ਉਹਨੂੰ ਸਤਿਗੁਰੂ ਕਹੀਦਾ ਹੈਗਾ, ਤਨ ਦਾ ਜਿਹੜਾ ਹੈਗਾ ਉਹਨੂੰ ਗੁਰੂ ਕਹੀਦਾ ਹੈਗਾ। ਮਾਤਾ ਪਿਤਾ ਤੇ ਪੰਡਿਤ ਤਿੰਨ ਗੁਰੂ ਨੇ ਤਨ ਦੇ, ਚੌਥਾ ਹੈਗਾ ਮਨ ਦਾ ਸਤਿਗੁਰੂ। ਸਤਿਪੁਰਖ ਤਿੰਨ ਜਾਣਿਆ, ਸਤਿਗੁਰੂ ਤੇ ਇਸ ਕਰ ਨੌ। ਜਿਹੜਾ ਸਿੱਖ ਹੁੰਦਾ ਹੈਗਾ ਉਹ ਸਤਿਗੁਰੂ ਹੁੰਦਾ ਹੈਗਾ, ਤੇ ਉਹ ਭਾਈ ਹੁੰਦੇ ਨੇ। ਤੇ ਹੋਰ ਹੈਗਾ ਸਤਿਗੁਰੂ ਜਿਹੜੇ ਰਾਮਦਾਸ ਜਿਹੜੇ ਹੈਗੇ ਨੇ, ਇਹਨਾਂ ਦਾ ਦਰਜਾ ਮੈਂ ਦੱਸਦਾ ਤੁਹਾਨੂੰ ਕੀ ਹੈਗਾ। ਆਹ ਹੈਗੀ ਟ੍ਰਿਨਿਟੀ, ਇੱਥੇ ਹੈਗੇ ਲੋਕਾਂ ਆਪਣੀਆਂ ਕੌਮਾਂ ਦੇ, ਇਹਨੂੰ ਲੋਕ 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 ਕਹਿੰਦੇ ਨਾ, ਲੋਕ ਲੋਕ ਤੇ ਬ੍ਰਹਮ ਲੋਕ। ਤੇ ਇੱਥੇ ਜਿਹੜਾ ਹੈਗਾ ਨਾ ਸੈਕੂਲਰ ਵਰਲਡ, ਇੱਥੇ ਕੌਮਾਂ ਦੀ ਹੈਗੀ ਉਹ। ਜਿਹੜੇ ਬ੍ਰਹਮ ਦੇ ਬੇਟੇ ਸੀਗੇ ਉਹ ਸਤਿਗੁਰੂ ਅੰਗਦ ਦੇਵ ਜੀ ਦੇ ਕੋਲ ਆਏ ਸੀਗੇ। ਤੇ ਇਹ ਜਿਹੜਾ ਗਿਆਨ ਹੈਗਾ ਇਹ ਖੱਤਰੀਆਂ ਨੇ ਬਹੁਤ ਘੱਟ ਅਪਣਾਇਆ ਹੈਗਾ, ਕਿਉਂ ਇਹ ਪੜ੍ਹੇ ਲਿਖੇ ਸੀਗੇ, ਇਹ ਪੜ੍ਹੇ ਲਿਖੇ ਸੀਗੇ, ਕਿਤਾਬਾਂ ਪੜ੍ਹ ਲੈਂਦੇ ਸੀਗੇ। ਇਸ ਕਰਕੇ ਇਹ ਜਦੋਂ ਸਤਿਗੁਰੂ ਨਾਨਕ ਦੇਵ ਜੀ ਪ੍ਰਚਾਰ ਕਰਦੇ ਸੀ, ਇਹ ਦੇਖਦੇ ਸੀ ਵੀ ਕਿਹੜੀ ਕਿਤਾਬ ਵਿੱਚ ਲਿਖਿਆ ਇਹ ਬੋਲਦਾ ਹੈਗਾ। ਇਹ ਜਿਹੜਾ ਗਿਆਨ ਹੈਗਾ ਇਹ ਅੰਤਰ ਸਤਿਗੁਰੂ ਰਾਜੀ ਅੰਤਰ ਸਤਿਗੁਰੂ ਚ ਮਿਲਦਾ ਹੈਗਾ, ਬਾਹਰੋਂ ਨਹੀਂ ਮਿਲਦਾ, ਕਿਤਾਬਾਂ ਚ ਨਹੀਂ ਮਿਲਦਾ। ਕਿਤਾਬਾਂ ਚ ਜਿਹੜਾ ਹੈਗਾ ਨਾ ਉਹ ਦੁੱਧ ਹੈਗਾ, ਦੁੱਧ ਦੇ ਵਿੱਚ ਹੈਗਾ ਘਿਓ, ਮੱਖਣ, ਮੱਖਣ ਹੈਗਾ ਜਿਹੜਾ ਉਹ ਹੈਗਾ ਸੱਤ, ਦੁੱਧ ਹੈਗਾ ਜਿਹੜਾ ਲਿਖਿਆ ਹੋਇਆ ਵੇਦ ਤੇ। ਇਸ ਕਰਕੇ ਤੁਸੀਂ ਜਿਹੜਾ ਅੰਤਰ ਜਿਹੜਾ ਸਤਿਗੁਰੂ ਹੈ ਉਹਨੂੰ ਉਹਦੇ ਤੋਂ ਕੰਮ ਲੈਣਾ ਹੈਗਾ, ਉਹਨੇ ਤੁਹਾਨੂੰ ਦੱਸਣਾ ਹੈਗਾ, ਕਿਤਾਬਾਂ ਨੇ ਨਹੀਂ ਦੱਸਣਾ। ਚੀਜ਼ ਕਿਤਾਬਾਂ ਪੜ੍ਹਦੇ ਨੇ ਜਿਹੜੇ ਉਹ ਇੱਥੇ ਮਨ ਚ ਆ ਜਾਂਦੇ ਉਹਨਾਂ ਦੇ, ਉਹ ਦਿਲ ਨਾਲ ਨਹੀਂ ਸੋਚਦੇ। ਨਾਮ ਆਉਂਦਾ ਦਿਲ ਤੇ ਬਹਿੰਦਾ ਹੈਗਾ, ਮਨ ਤੇ ਨਹੀਂ ਜਾਂਦਾ, ਮਨ ਤੇ ਕਿਤਾਬਾਂ, ਦਿਲ ਤੇ ਨਾਮ। ਇਸ ਕਰਕੇ ਪਿੰਡਾਂ ਦੇ ਲੋਕ ਜਿਹੜੇ ਸੀਗੇ ਉਹ ਅਨਪੜ੍ਹ ਸੀਗੇ, ਉਹ ਕਿਤਾਬਾਂ ਵੱਲ ਉਹਨਾਂ ਦੀ ਤਵੱਜੋ ਨਹੀਂ ਸੀਗੀ। ਉਹ ਜੋ ਸਤਿਗੁਰੂ ਕਹਿੰਦੇ ਸੀ ਨਾ ਮੂੰਹੋਂ, ਉਹ ਫਿਰ ਆਪਣੇ ਦਿਲ ਤੇ ਲਿਜਾ ਕੇ ਸੋਚਦੇ ਸੀਗੇ, ਵਿਚਾਰ ਕਰਦੇ ਹੁੰਦੇ ਸੀਗੇ। ਅੱਜ ਵੀ ਦੇਖੋਗੇ ਤੁਸੀਂ ਪਿੰਡਾਂ ਦੇ ਲੋਕ ਜਿਹੜੇ ਨੇ, ਕਈ ਬੁਝਾਰਤਾਂ ਪਾਉਂਗੇ, ਹੋਰ ਪਾਉਂਗੇ, ਉਹ ਸਾਰੀਆਂ ਦਿਲ ਤੇ ਹੈਗੀਆਂ। ਦਿਲ ਤੇ ਸੋਚਣ ਵਾਲਾ ਜਿਹੜਾ ਹੁੰਦਾ ਹੈਗਾ ਉਹਨੂੰ ਫਿਰ ਪਾਰ ਬ੍ਰਹਮ ਖੁਦ ਉਪਦੇਸ਼ ਦਿੰਦਾ ਹੈਗਾ, ਕਿਉਂ ਆਹ ਹਰਿਮੰਦਰ ਹੈਗਾ, ਹਰਿਮੰਦਰ ਉਹ ਜਿੱਥੋਂ ਹਰ ਜਾਤਾ, ਤੇ ਗਿਆਨੀ ਉਹ ਜੋ ਆਪ ਵਿਚਾਰੇ। ਇਹ ਗਿਆਨ ਗਿਆਨੀਆਂ ਲਈ ਹੈਗਾ ਜਿਹੜੇ ਆਪ ਵਿਚਾਰਦੇ ਨੇ, ਉਹ ਨਹੀਂ ਜਿਹੜੇ ਕਿਤਾਬੀ ਕੀੜੇ ਨੇ ਉਹਨਾਂ ਲਈ ਨਹੀਂ ਹੈਗਾ ਇਹ, ਜਿਹੜੇ ਡਿਗਰੀਆਂ ਲੈ ਆਉਂਦੇ ਯੂਨੀਵਰਸਿਟੀ ਤੋਂ ਇਹ ਕਿਤਾਬ ਬਣਨ ਦੇ ਗਿਆਨੀ ਉਹ ਨਹੀਂ ਹੈਗੇ। ਤੇ ਇੱਥੇ ਹੁਣ ਮੈਂ ਹੁਣ ਦੱਸਦਾ ਤੁਹਾਨੂੰ ਪ੍ਰੋਗਰੈਸ ਕਿੱਦਾਂ ਹੋਈ ਕਿ ਸਤਿਗੁਰੂ ਅਰਜਨ, ਸਤਿਗੁਰੂ ਨਾਨਕ ਨੇ ਤਾਂ ਜਨਰਲ ਉਪਦੇਸ਼ ਦਿੱਤਾ ਨਾ, ਜਨਰਲ ਉਪਦੇਸ਼ ਦਿੱਤਾ ਵੀ ਆਹ ਸਮਾਂ ਜਿਹੜਾ ਹੈਗਾ ਕਲਯੁੱਗ ਦਾ ਹੈਗਾ। ਤੇ ਇੱਥੇ ਫਿਰ ਜਦੋਂ ਕਲਯੁੱਗ ਦੇ ਵਿੱਚ ਜਿਹੜਾ ਹੈਗਾ ਸਤਿਗੁਰੂ ਮਤ ਵੇਲਾ ਹੈਗਾ, ਪਵਨ ਆਰੰਭ ਸ਼ਬਦ ਸਤਿਗੁਰੂ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਇਸ ਕਰਕੇ ਉਹਨਾਂ ਨੂੰ ਸਤਿਗੁਰੂ ਨੂੰ ਤਿਆਰ ਕਰਨ ਲਈ ਫਿਰ ਸਤਿਗੁਰੂ ਅੰਗਦ ਦੇਵ ਜੀ ਨੇ ਇਹ ਸਿੱਖੀ ਦੇ ਨੀਂਹ ਰੱਖੀ। ਇਹ ਇੱਥੇ ਜਿਹੜਾ ਹੈਗਾ ਚਾਰ ਬਿਰਤੀਆਂ ਹੈਗੀਆਂ ਨਾ, ਹੁਣ ਮਨ ਸੋਰੀ ਹੋਮੇ ਮਨ ਬੁੱਧੀ ਤੇ ਚਿੱਤ ਬਿਰਤੀ, ਚਾਰ ਬਿਰਤੀਆਂ ਨੇ। ਆਹ ਜਿਹੜਾ ਹੈਗਾ ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਲੋਕਾਂ ਦੀ ਮਾਰੀ, ਹੋਮੇ ਮਰੇਗੀ ਤੇ ਤਦ ਉਹਨਾਂ ਨੂੰ ਸੁਰਤੀ ਆਏਗੀ ਪਾਰ ਬ੍ਰਹਮ ਦੀ।
ਤੇ ਜਿਹੜਾ ਪੰਡਿਤ ਹੁੰਦਾ ਹੈਗਾ ਉਹ ਤੁਹਾਡੀ ਹੋਮੇ ਉੱਚੀ ਕਰਦਾ ਹੈਗਾ, ਮੈਂ ਹੂੰ ਵੀ ਮੈਂ ਜਿਹੜਾ ਹੈਗਾ ਮੈਂ ਫਲਾਣੇ ਇੰਨਾ ਬਾਦਸ਼ਾਹ ਹੈਗਾ, ਮੈਂ ਇੰਨਾ ਤਾਕਤਵਰ ਹੈਗਾ, ਆਹ ਹੈਗਾ ਉਹ ਹੈਗਾ। ਜੋ ਇਹਨਾਂ ਨੇ ਸਤਿਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਕੁਸ਼ਤੀਆਂ ਕਰਾਈਆਂ, ਕੁਸ਼ਤੀਆਂ ਕਰਾਉਣ ਉਹ ਤਾਕਤਵਰ ਸੀਗੇ, ਪਰ ਉਹਨਾਂ ਚ ਹੋਮੇ ਨਹੀਂ ਆਉਣ ਦਿੱਤੀ। ਉਹਨਾਂ ਦੇ ਘੜੇ ਪਾ ਦਿੰਦੇ ਸੀਗੇ ਨਿਆਣੇ, ਉਹਨਾਂ ਕੋਈ ਸ਼ਬਦ ਨਹੀਂ ਕੌੜਾ ਬੋਲਿਆ, ਤੇ ਉਹ ਹੋਮੇ ਜਿਹੜੀ ਸੀਗੀ ਸਤਿਗੁਰੂ ਅੰਗਦ ਦੇਵ ਜੀ ਨੇ ਜਲਾਈ ਸੀਗੀ। ਹੋਮੇ ਉਲਟ ਹੈਗੀ ਕਰਦੀ ਜੋ ਹਿੰਦੂ ਕਰਦਾ ਹੈਗਾ, ਹਿੰਦੂ ਜੀ ਹੋਮੇ ਉੱਚੀ ਹੁੰਦੀ ਹੈਗੀ ਤੇ ਸਿੱਖ ਚ ਹੋਮੇ ਥੱਲੇ, ਤੇ ਹਿੰਦੂ ਵਿੱਚ ਜਿਹੜਾ ਨਾ ਹੋਂਦ ਮੇਰੀ ਜਾਤੀ ਜੱਟ ਜਿੱਦਾਂ ਹੈਗੀ ਇਹਨੂੰ ਪੰਡਿਤ ਉੱਚੀ ਕਰਦੇ ਨੇ, ਤੇ ਇਸ ਜਾਤੀ ਦਾ ਬੀਜ ਜਿਹੜਾ ਹੈਗਾ ਇਹਨੂੰ ਬੀਜਣਾ ਹੈਗਾ, ਬੀਜ ਕੇ ਇਹਦੇ ਚ ਪੌਦਾ ਬਣਾਉਣਾ ਹੈਗਾ। ਉਹ ਪੌਦਾ ਜਿਹੜਾ ਉਹ ਸੁਰਤੀ ਵਾਲੇ ਆਦਮੀ ਹੁੰਦੇ ਨੇ ਜ਼ਮੀਰ ਜੇ, ਉਹ ਸਤਿਗੁਰੂ ਅੰਗਦ ਦੇਵ ਜੀ ਨੇ ਬਣਾਏ ਸੀਗੇ, ਤੇ ਉਹਨਾਂ ਚ ਹੋਮੇ ਨਹੀਂ ਆਉਣ ਦਿੱਤੀ। ਜਿਹੜਾ ਉਹਨਾਂ ਨੇ ਕਿਹਾ ਅਸਲ ਚੀਜ਼ ਹੈਗੀ ਉਹ ਤੁਹਾਡੀ ਰੂਹ ਹੈਗੀ, ਰੂਹ ਦਾ ਕੋਈ ਰੰਗ ਨਹੀਂ ਹੁੰਦਾ, ਕੋਈ ਉਹਦਾ ਜੈਂਡਰ ਨਹੀਂ ਹੁੰਦਾ, ਸਾਰਿਆਂ ਚ ਇੱਕੋ ਹੈਗੀ, ਔਰਤ ਹੋਵੇ ਆਦਮੀ ਹੋਵੇ ਸਾਰਿਆਂ ਚ ਇੱਕੋ ਹੈਗੀ। ਇਸ ਕਰਕੇ ਰੂਹ ਵਿੱਚ ਤੁਸੀਂ ਸਾਰੇ ਇੱਕ ਦੂਜੇ ਦੇ ਭਾਈ ਹੈਗੇ ਆ, ਰੂਹ ਵਿੱਚ ਭੈਣ ਨਹੀਂ ਕੋਈ ਵੀ ਹੁੰਦੀ, ਭੈਣ ਹੁੰਦੀ ਇਸ ਸਰੀਰ ਵਿੱਚ। ਤੇ ਇਸ ਚੀਜ਼ ਦਾ ਤੁਸੀਂ ਡੂੰਘਾ ਸੋਚੋ ਕਿ ਫਿਰ ਪਤਾ ਲੱਗੇਗਾ ਇਸ ਚੀਜ਼ ਦਾ। ਤੇ ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਮਾਰ ਕੇ ਉਹਨਾਂ ਨੂੰ ਸੁਰਤੀ ਵਾਲੇ ਬਣਾਇਆ, ਉਹਨਾਂ ਨੂੰ ਫਿਰ ਉਹਨੂੰ ਕਹਿੰਦੇ ਦਵੀਜਾ, ਇਹ ਅਕੀਜੇ ਤੋਂ ਦਵੀਜਾ ਬਣਾਇਆ ਉਹਨਾਂ ਨੇ, ਤੇ ਉਹਨਾਂ ਨੂੰ ਫੜਾਇਆ ਸਤਿਗੁਰੂ ਅਮਰਦੇਵ ਜੀ ਦੇ ਹੱਥ। ਉਹਨਾਂ ਨੇ ਇਹਨਾਂ ਬਾਲੜੀਆਂ ਨੂੰ ਫਿਰ ਕਿਹਾ ਵੀ ਹੁਣ ਤੁਸੀਂ ਸੁਰਤੀ ਆ ਗਈ ਹੈਗੀ, ਹੁਣ ਉਹਨਾਂ ਦੀ ਦੁਬਦਾ ਭੰਨੀ ਵੀ ਪੈਸੇ ਵੱਲ ਨਾ ਜਾਓ, ਹੁਣ ਪਾਰ ਬ੍ਰਹਮ ਦੀ ਮਾਇਆ ਲੁੱਟੋ। ਉਹਨਾਂ ਦੁਬਦਾ ਬਣ ਕੇ ਤੇ ਉਹਨਾਂ ਨੂੰ ਸਤਿਗੁਰੂ ਰਾਮਦਾਸ ਰਾਮ ਦੇ ਦਾਸ ਸੇਵਾਦਾਰ ਉਹਨਾਂ ਨੂੰ ਹੱਥ ਫੜਾਇਆ ਰਾਮਦਾਸ ਦੇ। ਇਹ ਰਾਮਦਾਸ ਇਹ ਸਤਿਗੁਰੂ ਅਮਰਦੇਵ ਸੀਗੇ, ਦਾਸ ਨਹੀਂ ਸੀਗੇ, ਉਹ ਇਹ ਸੀਗਾ ਸਤਿਗੁਰੂ ਰਾਮਦਾਸ ਰਾਮ ਦੇ ਦਾਸ। ਤੇ ਇਹਨਾਂ ਨੇ ਕਿਹਾ ਵੀ ਰਾਮ ਦੇ ਦਾਸ ਹੈਗੇ ਜਿਹੜਾ ਪਰਮਾਤਮਾ ਹੈਗਾ ਉਹ ਹਰ ਇੱਕ ਵਿੱਚ ਹੈਗਾ, ਕਿਸੇ ਨਾਲ ਤੁਸੀਂ ਨਫ਼ਰਤ ਨਹੀਂ ਕਰਨੀ। ਇਹਨਾਂ ਹੋਇਆ ਨਾ ਕਾਮ ਕ੍ਰੋਧ ਲੋਭ ਮੋਹ ਉਹਨਾਂ ਦਾ ਭੰਨਿਆ। ਕਈ ਵਾਰੀ ਆਦਮੀ ਕਰਦੇ ਵੀ ਆਹ ਮੇਰੀ ਜਾਤ ਦਾ ਹੈਗਾ ਜੱਟ ਹੈਗਾ ਜਾਂ ਚੂੜਾ ਚਮਾਰ ਹੈਗਾ, ਮੈਂ ਉਹਦੀ ਮਦਦ ਕਰਾਂ ਤੇ ਦੂਏ ਨਾਲ ਬੇਇਨਸਾਫ਼ੀ ਕਰਦਾ ਹੈਗਾ, ਉਹ ਇਸ ਤੋਂ ਡਿੱਗ ਪੈਂਦਾ ਹੈਗਾ, ਉਹ ਸਿੱਖ ਨਹੀਂ ਰਹਿੰਦਾ ਫਿਰ। ਤੇ ਇਹਨੇ ਫਿਰ ਇਹਨਾਂ ਨੇ ਕਿਹਾ ਹਰ ਇੱਕ ਚ ਉਹੀ ਵਸਦਾ ਹੈਗਾ, ਕਿਸੇ ਨਾਲ ਤੁਸੀਂ ਨਫ਼ਰਤ ਨਹੀਂ ਕਰਨੀ, ਇੱਥੇ ਇਹਨੂੰ ਪਿਆਰ ਕਹਿੰਦੇ ਅਕੈਪੇ, ਉਹ ਉਹਨਾਂ ਚ ਪ੍ਰੇਮ ਪੈਦਾ ਕੀਤਾ। ਫਿਰ ਜੇ ਪਰਮਾਤਮਾ ਦੀ ਦਇਆ ਹੋਵੇ ਉਹ ਫਿਰ ਚੱਕ ਕੇ ਤੁਹਾਨੂੰ ਇੱਥੇ ਚਿੱਤ ਬਿਰਤੀ ਚ ਲੈ ਆਉਂਦਾ ਹੈਗਾ, ਜਿਹੜਾ ਕਿ ਉਹਦਾ ਘਰ ਹੈਗਾ ਪਰਮਾਤਮਾ ਦਾ, ਤੁਹਾਡਾ ਉਹਦਾ ਪੁੱਤਰ ਤੁਸੀਂ ਪੱਕੇ ਬਣ ਜਾਂਦੇ ਪੁੱਤਰ। ਤੇ ਇੱਥੇ ਜਦੋਂ ਤੁਸੀਂ ਚਲੇ ਜਾਵੇ ਤਾਂ ਜੋ ਪਰਮਾਤਮਾ ਕਰ ਸਕਦਾ ਉਹੀ ਉਹਦਾ ਪੁੱਤਰ ਕਰ ਸਕਦਾ ਹੈਗਾ। ਤੇ ਪੁੱਤਰ ਜਿਹੜਾ ਹੈਗਾ ਫਿਰ ਉਹਨਾਂ ਨੇ ਇਹ ਭਗਤੀ ਮਾਰਗ ਹੈਗਾ, ਲੋਕੀ ਭਗਤੀ ਮਾਰਗ ਨੂੰ ਜਾਣ ਕੇ ਤਾਂ ਉਹਨਾਂ ਤੇ ਬਹੁਤ ਕਸਾਈ ਕੁੱਤਾ ਕੰਮ ਕਰਦੇ ਨੇ, ਮਾਰਦੇ ਹੈਗੇ ਉਹਨਾਂ ਨੂੰ, ਕੁਛ ਕਰਦੇ ਨੇ, ਉਹ ਇੱਕ ਪਾਸੇ ਮਾਰੋ ਦੂਜੀ ਗੱਲ ਕਰਦੇ ਨੇ। ਤੇ ਇਸ ਕਰਕੇ ਜਿਹੜੇ ਭਗਤੀ ਮਾਰਗ ਦਾ ਸੀਗਾ ਨਾ ਟੌਪ ਦਾ ਸਿੱਪਾ ਸਲਾਰ ਉਹ ਸਤਿਗੁਰੂ ਤੇਗ ਬਹਾਦਰ ਜੀ ਸੀਗੇ, ਉਹਨਾਂ ਦੇ ਸਿਪਾਹੀ ਜਿਹੜੇ ਸੀਗੇ ਉਹ ਉਹਨਾਂ ਨੇ ਆਪਣੀ ਦਿੱਤੀ ਕੁਰਬਾਨੀ, ਸੀਸ ਨਹੀਂ ਕੀਤਾ, ਬਹੁਤ ਤਸੀਹਾ ਦਿੱਤਾ ਸੀ ਉਹਨਾਂ ਨੂੰ, ਉਹਨਾਂ ਜਿਉਂਦਿਆਂ ਨੂੰ ਅੱਗ ਲਾਈ ਤੇ ਸਭ ਕੁਛ ਕੀਤਾ।
ਤੇ ਫਿਰ ਜਦੋਂ ਅੱਤ ਹੋ ਗਈ ਨਾ, ਫਿਰ ਜਿਹੜਾ ਦਸਵੀਂ ਜੋਤ ਸੀਗੀ ਉਹ ਫਿਰ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਸੀਗੇ, ਉਹਨਾਂ ਨੇ ਫਿਰ ਖਾਲਸੇ ਦੀ ਨੀਂਹ ਰੱਖੀ ਤੇ ਨਾਲੇ ਨਿਰਮਲੇ ਸੰਤਾਂ ਦੀ ਨੀਂਹ ਰੱਖੀ, ਦੋਨਾਂ ਪੰਥਾਂ ਦੀ, ਦੋਨੋਂ ਪੰਥ ਜਿਹੜੇ ਗਏ ਉਹਨਾਂ ਦੀ ਨੀਂਹ ਪੰਜਾਂ ਦੇ ਸਿਰ ਸਟੇਜ ਤੇ ਲਾਏ ਸੀਗੇ, ਇੱਕ ਦਾ ਧੜ ਕੇ ਦੂਜੇ ਦਾ ਸਿਰ ਕੀਤਾ ਸੀਗਾ। ਫਿਰ ਅੰਮ੍ਰਿਤ ਛਕ ਕੇ ਕਿਹਦੇ ਘਰ ਜਾਣ, ਕਿਸੇ ਦੇ ਨਹੀਂ ਜਾ ਸਕਦੇ। ਇਸ ਕਰਕੇ ਜਿਹੜਾ ਖਾਲਸਾ ਹੁੰਦਾ ਜਾਂ ਨਿਰਮਲ ਸੰਤ ਹੁੰਦਾ ਹੈਗਾ, ਉਹਦਾ ਕੋਈ ਘਰ ਬਾਰ ਨਹੀਂ ਹੁੰਦਾ, ਉਹ ਜੰਗਲਾਂ 'ਚ ਰਹਿੰਦਾ ਹੈਗਾ। ਨਿਰਮਲ ਸੰਤ ਇੱਕ ਪਿੰਡ ਤੋਂ ਦੂਜੇ ਪਿੰਡ 'ਚ ਆਉਂਦੇ ਨੇ, ਪ੍ਰਚਾਰ ਕਰਦੇ ਨੇ, ਉੱਥੇ ਇੱਕ ਕਿੰਨੇ ਰਹਿੰਦੇ, ਇੱਕ ਜਿਹੜਾ ਖਾੜ ਖੁੜਾ ਨਹੀਂ ਬਣਾਉਂਦੇ। ਉਹਨਾਂ ਦਾ ਤਖ਼ਤ ਜਿਹੜਾ ਹੈਗਾ ਅਕਾਲ ਤਖ਼ਤ ਹੈਗਾ ਨਿਰਮਲ ਸੰਤਾਂ ਦਾ। ਅਤੇ ਜਦੋਂ ਉੱਥੇ ਗਏ ਸੀਗੇ ਅਤੇ ਖੱਤਰੀਆਂ ਨੇ ਚੱਕ ਕੇ ਬਾਹਰ ਮਾਰੇ, ਜਿੱਦਾਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਅੰਦਰ ਨਹੀਂ ਆਉਣ ਦਿੱਤਾ। ਖੱਤਰੀ ਜਿਹੜੇ ਇੱਕ ਨੰਬਰ ਦੇ ਸ਼ੈਤਾਨ ਹੈਗੇ ਦੁਨੀਆਂ 'ਚ, ਅਤੇ ਇਹਨਾਂ ਨੂੰ ਕਿੰਗਸ ਅਤੇ ਐਮਪਰਰਸ ਆਫ ਡਾਰਕਨੈਸ ਕਹੀਦਾ ਹੈਗਾ। ਜੁੱਗਾ ਟ੍ਰਾਈਬ ਦੇ ਜਿਹੜੇ ਲੋਕ ਹੈ ਕਹਿੰਦੇ ਉਹ ਪ੍ਰਿੰਸਿਸ ਆਫ ਡਾਰਕਨੈਸ ਕਹਿੰਦੇ। ਚਲੋ ਕਾਫ਼ੀ ਮੈਂ ਪ੍ਰਚਾਰ ਜਿਹਦਾ ਕਰ ਦਿੱਤਾ, ਬਾਕੀ ਤੁਸੀਂ ਸਮਝੋਗੇ ਤਾਂ ਪਤਾ ਲੱਗੇਗਾ। ਅਤੇ ਹੁਣ ਇਸ ਆਪਾਂ ਜਿਹੜੀ ਤੁੱਕ ਹੈਗੀ ਉਹਦਾ ਕਰੀਏ ਵਿਆਖਿਆ। ਇਹ ਜੀ ਸੂਰਤ ਮਹੱਲਾ ਪੰਜਵਾਂ, ਕਾਲ ਯੁੱਗ ਦਾ ਇਹ ਪੰਜਵੇਂ ਸਤਿਗੁਰੂ ਅਰਜਨ ਦੇਵ ਜੀ ਦਾ ਹੈਗਾ, ਜਿਹੜੇ ਕਿ ਚਿੱਤ ਬਿਰਤੀ ਦੇ ਸੀਗੇ, ਜਿਹਨਾਂ ਨੇ ਜਿਹੜੀ ਬਾਣੀ ਹੈਗੀ ਪੋਥੀ ਲਿਖੀ ਲਿਖਵਾਈ ਸੀਗੀ ਭਾਈ ਗੁਰਦਾਸ ਤੋਂ, ਅਤੇ ਉਹ ਜਾਂਦਿਆਂ ਜਾਂਦਿਆਂ ਨਕਲ ਕਰ ਲਈ ਅਤੇ ਉਹ ਫਿਰ ਖਾਰੀ ਬਣ ਗਈ, ਸਕ੍ਰਿਪਚਰ ਬਣ ਗਈ। ਉਹਦਾ ਇੱਕ ਮੈਂ ਵੀਡੀਓ ਪਾਇਆ ਪਿੱਛੇ। ਅੱਛਾ, ਸਗਲ ਬਨਸਪਤ ਜਿਹੜੀ ਸਾਰੀ ਬਨਸਪਤੀ ਹੈਗੀ ਉਹਦੇ 'ਚ ਮੈਂ ਬੇਸੰਤਰ ਸਗਲ ਦੂਧ ਮੈਂ ਜੀਆ, ਉਹ ਸਾਰੇ ਜਿਹੜਾ ਹੈਗਾ ਜੀਂਦੀ ਜਿਹੜੀ ਚੀਜ਼ ਜੀਂਦੀ ਹੈਗੀ ਨਾ, ਚਾਰ ਹੈਗੀਆਂ ਨਾ ਆਪਣੇ ਖਾਣੀਆਂ, ਚੌਂ ਖਾਣੀਆਂ 'ਚ ਰੂਹ ਜਿਹੜੀ ਹੈਗੀ ਉਹਦੀ ਹੈਗੀ ਪਾਰ ਬ੍ਰਹਮ ਦੀ, ਅਤੇ ਉਹ ਇੱਦਾਂ ਹੈਗੀ ਜਿੱਦਾਂ ਦੁੱਧ ਵਿੱਚ ਘਿਓ ਹੁੰਦਾ ਉਹ ਦਿਸਦਾ ਨਹੀਂ ਹੈਗਾ ਘਿਓ, ਇੱਦਾਂ ਹੀ ਰੂਹ ਜਿਹੜੀ ਹੈਗੀ ਤੁਹਾਨੂੰ ਦਿਸਦੀ ਨਹੀਂ ਹੈਗੀ, ਉਹ ਪੇਖੀ ਦੀ ਹੈਗੀ, ਦੇਖੀ ਦੀ ਨਹੀਂ ਹੈਗੀ। ਊਚ ਨੀਚ ਮੈਂ ਜੋਤ ਸਮਾਨੀ, ਕੋਈ ਹੈਗਾ ਉੱਚਾ ਕੋਈ ਨੀਵਾਂ ਹੈਗਾ, ਜਿੱਦਾਂ ਕਹਿੰਦੇ ਕੋਈ ਜੱਟ ਹੈਗਾ, ਕੋਈ ਚੂੜਾ, ਕੋਈ ਚਮਾਰ, ਇੱਦਾਂ ਲੋਕ ਊਚ ਨੀਚ ਕਰਦੇ ਨੇ, ਉਹਨਾਂ 'ਚ ਹਾਰੇ 'ਚ ਉਹਦੀ ਜੋਤ ਹੈਗੀ ਇੱਕੋ ਦੀ। ਊਚ ਨੀਚ ਮੈਂ ਜੋਤ ਸਮਾਨੀ ਘੱਟ ਘੱਟ ਮਾਧੋ ਜੀਆ, ਮਾਧੋ ਦਾ ਜਿਹੜਾ ਹੈਗਾ ਜੀ ਹੈਗਾ, ਜਿਹੜਾ ਜਾਨ ਹੈਗੀ ਉਹ ਹਰ ਇੱਕ ਵਿੱਚ ਹੈਗੀ। ਸੰਤੋ ਘੱਟ ਘੱਟ ਰਹੀ ਆ ਰਿਹਾ ਸਮਾਇਓ, ਉਹ ਸੰਤਾਂ ਨੂੰ ਕਹਿੰਦੇ ਉਹ ਹਰ ਇੱਕ ਵਿੱਚ ਸਮਾਇਆ ਹੋਇਆ ਹੈਗਾ। ਪੂਰਨ ਪੂਰਨ ਪੂਰੇ ਰਹੀਓ, ਸਰਬ ਮੈਂ ਜਲ ਥਲ ਰਮਿਆ ਆਇਓ, ਉਹ ਕਹਿੰਦੇ ਪੂਰਨ ਸਾਰਿਆਂ ਵਿੱਚ ਹੈਗਾ, ਪਾਣੀ 'ਚ ਵੀ ਹੈਗਾ, ਹਰ ਇੱਕ ਚੀਜ਼ 'ਚ ਹੈਗਾ, ਜਿੱਥੇ ਵੀ ਜਾਨ ਹੈਗੀ ਰਮਿਆ ਆਇਓ, ਉਹ ਸਾਰੇ 'ਚ ਰਮਿਆ ਹੋਇਆ ਗਾ। ਦਹਾਓ ਗੁਣ ਨਿਧਾਨ ਨਾਨਕ ਜਸ ਗਾਵੇ, ਗੁਣ ਨਿਧਾਨ ਉਹਦਾ ਖਜ਼ਾਨਾ ਜਿਹੜਾ ਹੈਗਾ ਉਹ ਗੁਣ ਹੈਗੇ ਉਹਦੇ, ਹਿੰਦ ਵਰਡ ਉਹ ਨਾਨਕ ਗਾਉਂਦਾ ਹੈਗਾ, ਉਹਦੇ ਗੁਣ ਜਿਹੜੇ ਨੇ ਉਹਦਾ ਧਨ ਜਿਹੜਾ ਖਰਚਦਾ ਖਰਚੀ ਦਾ ਹੈਗਾ, ਜਦੋਂ ਉਹਦਾ ਉਹਦੇ ਗੁਣ ਗਾਈਏ। ਸਤਿਗੁਰੂ ਭਰਮ ਚੁਕਾਇਆ, ਜਿਹੜਾ ਸਤਿਗੁਰੂ ਹੈਗਾ ਜਿਹੜਾ ਪਾਰ ਬ੍ਰਹਮ ਦਾ ਪੁੱਤਰ ਹੈਗਾ, ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸ ਕਾ ਨਾਉ, ਜਿਹੜਾ ਸਤਿਪੁਰਖ ਦਾ ਪੁੱਤਰ ਹੈਗਾ ਸਤਿਗੁਰੂ, ਉਹਨੇ ਸਾਰੇ ਭਰਮ ਚੁਕਾ ਦਿੱਤੇ। ਦੁਨੀਆਂ ਕਹਿੰਦੀ ਆਹ ਹੈਗਾ ਆਹ ਹੈਗਾ, ਸਾਰੇ ਚੁਕਾ ਦਿੱਤੇ। ਇਸ ਕਰਕੇ ਜਿਹੜਾ ਇਹਦੇ ਅੰਦਰ ਸਤਿਗੁਰੂ ਹੋਵੇ ਉਹ ਨਿਆਰਾ ਹੁੰਦਾ, ਉਹ ਕਿਸੇ ਦੇ ਆਖੇ 'ਚ ਨਹੀਂ ਲੱਗਦਾ। ਇਸ ਕਰਕੇ ਖਾਲਸਾ ਨਿਆਰਾ ਹੁੰਦਾ, ਉਹਦੇ 'ਚ ਸਤਿਗੁਰੂ ਦਾ ਵਾਸਾ ਹੁੰਦਾ।
ਉਹ ਸਤਿਗੁਰੂ ਵਾਹ ਵਾਹ ਕਰਾਉਂਦਾ ਹੈਗਾ, ਵਿਆਖਿਆ ਜਦੋਂ ਕਰਦਾ ਲੋਕੀ ਵਾਹ ਵਾਹ ਕਰਦੇ ਉਹਦੀ। ਸਰਬ ਨਿਵਾਸੀ ਸਦਾ ਅਲੋਪ, ਸਾਰਿਆਂ ਵਿੱਚ ਹੈਗਾ ਪਰ ਹੈਗਾ ਜੁਦਾ ਹਰ ਇੱਕ ਚ ਨਿਆਰਾ, ਵੀ ਉਹ ਕਿਸੇ ਨਾਲ ਜੁੜਿਆ ਨਹੀਂ ਹੋਇਆ। ਰੂਹ ਜਿਹੜੀ ਹੈਗੀ ਉਹ ਤੁਸੀਂ ਦੇਖ ਨਹੀਂ ਸਕਦੇ, ਨਾ ਉਹ ਪਕੜ ਸਕਦੇ, ਅਲੇਪ ਰਹਿੰਦੀ ਹੈਗੀ। ਸਭ ਮੈਂ ਰਿਹਾ ਸਮਾਇਓ, ਹਰ ਇੱਕ ਚ ਉਹ ਸਮਾਇਆ ਹੋਇਆ ਹੈਗਾ। ਅੱਗੇ ਮੈਂ ਕਿਹਾ ਦੇਖਾਂ, ਇਹ ਮੈਂ ਸਾਫ ਸਿੰਘ ਦਾ ਟੀਕਾ ਜਿਹੜਾ ਹੈਗਾ ਨਾ ਉਹਦੇ ਚੋਂ ਕਰ ਰਿਹਾ ਹੈਗਾ। ਸਰਬ ਨਿਵਾਸੀ ਸਦਾ ਲੋਕਾਂ ਦੇ ਖਤਮ ਹੋ ਜਾਂਦੇ ਇੱਥੇ। ਚਲੋ ਜੀ, ਇਹ ਹੈਗੀ ਇਹਦੀ ਵਿਆਖਿਆ, ਅਤੇ ਬਾਕੀ ਹੈਗਾ ਇਹ ਸਿੱਖੀ ਜਿਹੜੀ ਹੈਗੀ ਪੋਟਰ ਮੈਂ ਇੱਕ ਹੁੰਦਾ ਸਿੱਖ, ਅਤੇ ਜੇਕਰ ਉਹਦੀ ਲੋਕਾਂ ਦੀ ਕਰਨੀ ਹੈਗੀ ਨਾ ਆਪਣੇ ਪਛਾਣ, ਉਹਨਾਂ ਨੂੰ ਕਹੋ ਵੀ ਜਿਹੜਾ ਹੈਗਾ ਨਾ ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾਰ, ਉਹਨਾਂ ਨੂੰ ਕਹੋ ਵੀ ਇਹਦੇ ਮਤਲਬ ਦੱਸ ਦਿਓ ਸਾਨੂੰ, ਉਹ ਜੇ ਕੋਈ ਦੱਸ ਸਕੇ ਤਾਂ ਦੱਸਿਆ ਜੇ, ਅਤੇ ਉਹਦਾ ਹੈਗਾ ਜਿਹੜਾ ਸੋਚਿਆ ਸੋਚਣਾ ਨਾ ਸੋਚੀ ਜੇ ਸੋਚੀ ਲਖਵਾਰ, ਉਹ ਹੈਗਾ ਇੱਥੇ ਮੈਂ ਜਿਹੜਾ ਤਾਂ ਕਰ ਲਵਾਂ। ਆਹ ਜਿਹੜਾ ਨਾ ਇਹ ਬਿਰਤੀਆਂ ਹੈਗੀਆਂ ਨਾ ਜਿਹੜੀਆਂ ਹੋਮੇ ਮਨ ਬੁੱਧੀ ਤੇ ਚਿੱਤ, ਜਦੋਂ ਆਦਮੀ ਹੋਮੇ ਚ ਹੋਵੇ ਨਾ ਉਹਨੂੰ ਸੁਰਤੀ ਨਹੀਂ ਹੁੰਦੀ, ਜਦੋਂ ਸੁਰਤੀ ਨਾ ਹੋਵੇ ਉਹ ਸੋਚ ਨਹੀਂ ਸਕਦਾ। ਇਹ ਹੈਗਾ ਜਿਹੜੇ ਹੋਮੇ ਵਾਲੇ ਲੋਕੀ ਹੈਗੇ ਨੇ ਇਹਨਾਂ ਲਈ ਹੈਗਾ ਸੋਚਿਆ ਸੋਚਣਾ ਹੋਈ ਜੇ ਸੋਚੀ ਲਖਵਾਰ। ਆਹ ਜਿਹੜੇ ਸੁਰਤੀ ਵਾਲੇ ਹੈਗੇ ਨੇ ਇਹ ਬੜੇ ਚੁਸਤ ਹੁੰਦੇ ਨੇ, ਹਿੰਦੂ ਅੰਨਾ ਤੁਰਕੂ ਕਾਣਾ ਤੁਰਕੂ ਹੁੰਦੇ ਨੇ, ਜਿੱਦਾਂ ਗ੍ਰੰਥੀ ਹੈਗੇ ਤੁਰਕੂ ਹੈਗੇ ਨੇ, ਇਹ ਲਾਲਚੀ ਹੈਗੇ ਨੇ, ਪੈਸਾ ਪੈਸੇ ਦੇ ਦੁੱਧਾਂ 'ਚ ਫਸੇ ਹੋਏ ਨੇ, ਇਹ ਤੁਹਾਨੂੰ ਕੁਛ ਸਿਕਸ਼ਾ ਨਹੀਂ ਦੇ ਸਕਦੇ। ਇੱਥੇ ਹੈਗਾ ਫਿਰ ਚੁੱਪਿਆ ਚੁੱਪ ਨਾ ਹੋਈ ਜੇ ਲੈ ਰਹਾਂ ਲੱਤਾਂ, ਇਹ ਬਹੁਤ ਬੋਲਦੇ ਨੇ, ਇਹ ਕੁੱਤੇ ਜਿੱਦਾਂ ਹੁੰਦਾ ਨਾ ਆਪਣੇ ਜਾਨਵਰ ਬੋਲਦੇ ਨੇ, ਚਿੜੀਆਂ ਬੋਲਦੀਆਂ ਨੇ ਚੀਚੀ ਚੀਚੀ ਚੀਚੀ, ਇੱਦਾਂ ਕਰਦੇ ਉਹ ਗ੍ਰੰਥੀ ਸਾਹ ਨਹੀਂ ਲੈਂਦੇ ਜਿੰਨਾ ਚਿਰ ਤੁਹਾਡੇ ਜੇਬ ਵਿੱਚੋਂ ਪੈਸੇ ਨਾ ਨਿਕਲੇ ਆਉਣ। ਇਹ ਇਹ ਬੋਲਣ ਵਾਲੇ ਹੈਗੇ ਨੇ ਚੁਸਤ ਚਲਾਕ, ਇਹ ਹੈਗੇ ਜਿਹੜੇ ਇਹ ਸਰਵ ਟੂ ਸਰਵ ਟੂ ਸਰਵ ਸੀਲ ਟੂ ਸਰਵ ਗੋਡ, ਇਹ ਹੈਗੇ ਗੁਰਮੁਖ, ਇਹਨਾਂ ਚ ਸਹਿਜ ਹੈਗਾ, ਇਹਨਾਂ ਚ ਸਹਿਜ ਨਹੀਂ ਹੈਗਾ। ਇਹ ਸਹਿਜ ਵਾਲੇ ਹੈਗੇ ਨੇ ਜਿਹਦੇ ਸਹਿਜ ਨਾਲ ਸੋਚ ਕੇ ਦੱਸਦੇ ਨੇ, ਇਹ ਗੁਰ ਨਾਲ ਬੋਲਦੇ ਨੇ, ਇਹਨੇ ਇਸੇ ਕਰਕੇ ਇਹਨਾਂ ਨੂੰ ਗੁਰਮੁਖ ਕਹੀਦਾ ਹੈਗਾ। ਇਹ ਸਨਮੁਖ ਜਾਂ ਮਨਮੁਖ ਹੈਗੇ ਨੇ, ਇਹ ਬੇਮੁਖ ਹੈਗੇ ਨੇ, ਅਤੇ ਇਹ ਹੈਗਾ ਆਪਣੇ ਜਿਹੜੇ ਨੇ ਭੁੱਖਿਆਂ ਭੁੱਖ ਨਾ ਉਤਰੇ ਜੇ ਜੇ ਬੰਨਾ ਪੂਰੀਆਂ ਪਾਰ, ਸਹਿਣ ਸਿਆਪਾਂ ਲੱਖ ਹੋਣ ਤਾਂ ਇੱਕ ਨਾ ਚੱਲੇ ਨਾਲ, ਇੱਥੇ ਤੁਸੀਂ ਆਦਰਾਮ ਦੇ ਬੁਲਾਰੇ ਬਣ ਜਾਂਦੇ, ਜੋ ਉਹ ਬੋਲਦਾ ਹੈਗਾ ਉਹੀ ਤੁਸੀਂ ਬੋਲਦੇ ਹੈਗੇ, ਯਾਨੀ ਕਿ ਜਿਹੜਾ ਅੰਤਰ ਜਿਹੜਾ ਹੈਗਾ ਸਤਿਗੁਰੂ ਉਹ ਤੁਹਾਨੂੰ ਜੋ ਕੁਛ ਦੱਸਦਾ ਉਹੀ ਮੂੰਹ ਚੁੱਪ ਕੱਢਦੇ ਆ, ਕਿਤਾਬਾਂ 'ਚੋਂ ਨਹੀਂ ਪੜ੍ਹਦੇ ਵੀ ਕਿਤਾਬਾਂ 'ਚ ਕੀ ਲਿਖਿਆ ਆਹ ਕੀ ਲਿਖਿਆ ਉਹ ਕੀ ਲਿਖਿਆ, ਉਹ ਤੁਸੀਂ ਛੱਡ ਦਿੰਦੇ ਆ ਕਿਤਾਬਾਂ, ਕਿ ਉੱਥੇ ਕਿਤਾਬ ਨਹੀਂ ਚੱਲਦੀ, ਉਹਦੇ ਸੁਰਤੀ ਚੱਲਦੀ ਹੈਗੀ। ਰਾਮ ਰਾਜੇ ਆ ਗਿਆ ਨਾ, ਰਾਮ ਰਾਜੇ ਆ ਗਿਆ ਥੱਲੇ ਜਿੱਥੇ ਕਿਤਾਬਾਂ ਹੈਗੀਆਂ ਨੇ, ਇਹ ਖਤਮ ਹੋ ਜਾਂਦੀਆਂ ਜਾਣ ਦੀ ਵਾਪਸ ਨਾਲ, ਫਿਰ ਇੱਥੇ ਜਿਹੜਾ ਦਿਨ ਜਾਣਾ ਹੈਗਾ ਆਪਣਾ ਜਿਹੜਾ ਬੀਜ ਹੈਗਾ ਇੱਥੇ ਬੀਜ ਕੇ ਪੌਦਾ ਬਣਾਉਣਾ, ਪੌਦਾ ਜਿਹੜਾ ਹੈਗਾ ਸੁਰਤੀ ਵਾਲਾ ਉਹ ਫਿਰ ਸਤਿਗੁਰੂ ਅਮਰਦੇਵ ਜੀ ਦੇ ਹੱਥ ਪੜਾਇਆ ਸੀ, ਉਹਨੇ ਨੌਕ ਕਰਨਾ ਹੈਗਾ ਇੱਥੇ, ਨੌਕ ਕਰਕੇ ਅਤੇ ਅੰਦਰ ਜਾਣਾ। ਇੱਥੇ ਸੁਰਤੀ ਵਾਲਾ ਬਣਾਉਂਦੇ ਨੇ ਸਤਿਗੁਰੂ ਅੰਗਦ ਦੇਵ ਜੀ, ਅਤੇ ਇੱਥੇ ਫਿਰ ਸੁਰਤੀ ਵਾਲਾ ਜਾਂਦਾ, ਇੱਥੇ ਰਾਮ ਰਾਜ ਵੀ ਹੈਗਾ,
ਇੱਥੇ ਤੁਹਾਡੀ ਰੂਹ ਦੀ ਕੀਮਤ ਹੈਗੀ, ਜਿਸਮ ਦੀ ਹੈ ਨੀ ਗੀ, ਇੱਥੇ ਜਾਤ ਪਾਤ ਕੁਛ ਨੀ ਹੈਗਾ। ਸਹਿ ਜਾਤ ਸਹਿ ਪਾਤ ਜਿਉਂ ਜਿਹਾ ਕਰਮ ਕਮਾਉਂਦੇ, ਇੱਥੇ ਕਰਮ ਨਾਲ ਜਾਤ ਹੈਗੀ, ਇੱਥੇ ਜਨਮ ਨਾਲ ਜਾਤ ਹੈਗੀ। ਉਲਟੀ ਉਲਟੀ ਹੋ ਜਾਂਦੀ ਹੈ ਨਾ, ਉਲਟੀ ਗਈ ਇੱਥੇ ਉਲਟੀ ਹੋ ਜਾਂਦੀ ਬੜੀ ਚੀਜ਼। ਇੱਥੇ ਜੇ ਕੋਈ ਮੁੱਕਾ ਮਾਰੇ ਤੁਸੀਂ ਚਾਰ ਮਾਰਦੇ ਉਹਦੇ ਮੁੱਕੇ, ਇੱਥੇ ਕੋਈ ਮੁੱਕਾ ਮਾਰੇ ਤੁਸੀਂ ਦੂਜੀ ਗੱਲ ਕਰਦੇ ਹੈ ਉਲਟੀ। ਭਾਈ ਘਨੱਈਆ ਜੀ ਸਿੱਖ ਧੰਨ, ਉਹ ਜਿਹੜਾ ਖਾਲਸਾ ਹੁੰਦਾ ਉਹ ਉਲਟਾ ਹੁੰਦਾ ਸਿੱਖ ਚ, ਉਹ ਕਿਰਪਾਨ ਚਲਾਉਂਦਾ ਹੈਗਾ। ਸਿੱਖ ਤੇ ਖਾਲਸੇ ਦਾ ਗੁਰੂਰਾ ਵੀ ਲੱਗਦਾ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਅੰਮ੍ਰਿਤਸਰ ਨਹੀਂ ਆਏ, ਉਹ ਹੈਗਾ ਸਿੱਖ ਭਗਤਾਂ ਤੇ ਨਰਮੇ ਸੰਤਾਂ ਦਾ ਸਥਾਨ ਹੈਗਾ, ਉੱਥੇ ਖਾਲਸੇ ਦਾ ਕਰੂਰਾ ਨਹੀਂ ਚੱਲਦਾ, ਨਹੀਂ ਆਏ। ਇਹ ਪਿੰਡਰਾਂ ਵਾਲ ਉੱਥੇ ਕੀ ਕਰਦਾ ਸੀਗਾ, ਕਿਰਪਾਨ ਚੱਕੀ ਤੇ ਦਸਤ, ਉੱਥੇ ਤਾਂ ਸਿੱਖ ਦਾ ਨਾ ਕੋਈ ਵੈਰੀ ਨਾ ਹੈ ਬਗਾਨਾ, ਉਹਦਾ ਤਾਂ ਕੋਈ ਨਹੀਂ ਹੈਗਾ, ਭਗਤੀ ਮਾਰੇ ਹੈਗੇ ਨੇ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਲੱਗੇਗਾ ਕਿ ਰਾਮ ਰਾਜੇ ਹੈਗਾ, ਤੇ ਇੱਥੇ ਤੁਹਾਨੂੰ ਜ਼ਰੂਰ ਤੁਹਾਡੀ ਜਿਹੜੀ ਉਹ ਹੈਗੀ। ਚਲੋ ਇਹੋ ਬਹੁਤ ਹੈਗਾ, ਬਾਕੀ ਜੇ ਕਿਸੇ ਨੂੰ ਹੋਰ ਕਰਨਾ ਤਾਂ ਮੇਰੇ ਵੀਡੀਓ ਦੇਖੇ, ਤੇ ਉੱਥੋਂ ਤੁਹਾਨੂੰ ਵਾਧੀ ਬਹੁਤ ਮਿਲੇਗਾ ਤੁਹਾਨੂੰ।